शाये जाति एकता अनेकता बुलाए जाति होवती कुचिलता किताबन कुरान की। पाप ही परपक जाते धर्म तसक जाते बारन गरक जाते साहित विधान की। देवी देव दे हो रे संतोख सिंह दूर होते रीत मेट जाती कथा विदिन पुराण की। श्री गुरु गोविंद सिंह पावन परम सूर मूरत न होती जप करुणा निधान की। हुए शिव तुख संदे नूर अरसों गुरसों तुद डिठे सचे पातशाह। मल जनम जनम दी कटिया सजन सचा पात सा सिर सहा जिस पास बैठया सब नावे जिस पास बैठया सोहिए सबना दिसा हो। सतनाम श्री वाहे गुरु साहिब जी। दिन प्रति तुर्क नाच को प्राप्त भजे जे रंग हो लापत कीने गण अपराध विशाला तिनको फल है इन काला। वाहे गुरु जी का खालसा वाहे गुरु जी की फतेह। गरीब नवाज भगत वछल साहिब गुरु ग्रंथ साहिब जी महाराज सतगुरां ने सानू अपनी संगत दा आनंद बख्शिया है। वडभागी बने हाँ जो सतगुरां दी बाणी पढ़ के सुन के मिले हुए मनुखा जन्म नूं सफला बनाया है। गुरु गोबिंद सिंह महाराज का इतिहास कथा दे अंदर आपां सरवण करदे आ रहे हाँ। सतगुरु जी इस वेले सचखंड साहब जान नूं तैयारी करदे पै। सिखां ने बेनती कीती महाराज सानूं की उपदेश आप बख्शिश करोगे सचखंड साहब जाण तों पहलां और सानू किस गुरु दे आप लड़ लाओगे ये साढ़े ते कृपा करो। सतगुरु महाराज साहब जी ये बचन सुन के महाराज ने हुक्म किया कहन लगे भाई सोना तंबू लवा के उदे विच गुरु ग्रंथ साहब का प्रकाश करो। ये महाराज का वो स्वरूप है जिहड़ा आपने दमदमा साहब बैठ के लिखिया उसे स्वरूप नूं नाल लै के महाराज हजूर साहब पहुंचे। जिस वेले प्रकाश होया तो महाराज दियां ने पंज पैसे नारियल रख के मत्था टेकिया। पंज परकरमा गुरु ग्रंथ साहिब महाराज दियां कीतियां। गुरु घर की मर्यादा के मुताबक अपने गलों श्री साहब उतार के गुरु ग्रंथ साहब के अगे रख के पंज सिंघां नूं महाराज की हजूरी विच खड़े करके मत्था टेक के बचन आख्या सब सिखन को हुक्म है गुरु मान्यो ग्रंथ। इस तरह गुरु ग्रंथ साहब जी नूं गुरता गद्दी आपने बख्शी।
ਖਾਲਸੇ ਨੂੰ ਉਦਾਸ ਵੇਖ ਕੇ ਮਹਾਰਾਜ ਫਿਰ ਉਪਦੇਸ਼ ਦੇ ਬਚਨ ਕੁਝ ਕਹੇ। ਉਹ ਬਚਨ ਕੁਝ ਆਪਾਂ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤੇ, ਕੁਝ ਬਚਨ ਅੱਜ ਸਰਵਣ ਕਰਾਂਗੇ। ਮਨ ਨੂੰ ਟਕਾਈਏ ਭਾਵਨਾ ਦੇ ਨਾਲ, ਮਹਾਰਾਜ ਦਾ ਅਗਲਾ ਇਤਿਹਾਸ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਿਨ ਪ੍ਰਤੀ ਤੁਰਕ ਨਾਸਕੋ ਪ੍ਰਾਪਤ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਖਾਲਸੇ ਨੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਮੁਗਲਾਂ ਦਾ ਬੜਾ ਡਾਢਾ ਰਾਜ ਹੈ, ਆਪਣੇ ਜੜ੍ਹਾਂ 'ਤੇ ਪੱਟ ਦਿੱਤੀਆਂ, ਇਹ ਕਿੰਨਾ ਕੁ ਸਮਾਂ ਰਾਜ ਭਾਗ 'ਤੇ ਕਾਬਜ਼ ਰਹਿਣਗੇ? ਮਹਾਰਾਜ ਕਹਿੰਦੇ, ਖਾਲਸਾ ਜੀ, ਦਿਨਾਂ ਪ੍ਰਤੀ ਦਿਨ ਹਰ ਰੋਜ਼ ਇਹਨਾਂ ਦਾ ਤੇਜ ਪ੍ਰਤਾਪ ਘਟਦਾ ਜਾਣਾ ਹੈ। ਇੱਕ ਦਿਨ ਸਮਾਂ ਆਉਣਾ ਹੈ ਇਹਨਾਂ ਨੇ ਆਪਣੇ ਆਪ ਹੀ ਨਾਸ ਹੋ ਜਾਣਾ। ਕੱਲ੍ਹ ਆਪਾਂ ਦੋ ਇਤਿਹਾਸ ਦੇ ਬਚਨ ਸਰਵਣ ਕੀਤੇ ਸਨ। ਇੱਕ ਤਾਂ ਸਰਹੰਦ ਦਾ ਉਹ ਪੀਰ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਹਿੰਦਾ ਸੀ, ਮਹਾਰਾਜ ਮੈਂ ਵੀ ਮੁਗਲ 'ਤੇ ਨਾਸ ਹੋ ਜਾਣਾ, ਮੈਨੂੰ ਬਚਾ ਲਓ। ਅਤੇ ਮਹਾਰਾਜ ਨੇ ਆਖਿਆ ਸੀ, ਸ਼ੰਖ ਵਜਾਏਗਾ ਅਤੇ ਵੱਜ ਜਾਏਗਾ। ਇੱਕ ਰਾਏ ਕੱਲਾ ਮਹਾਰਾਜ ਦੇ ਕੋਲ ਆਇਆ ਸੀ ਅਤੇ ਕਹਿੰਦਾ ਸੀ, ਰਾਜ ਭਾਗ ਮੇਰਾ ਬਖਸ਼ ਦਿਓ। ਆਪਣੀ ਸ੍ਰੀ ਸਾਹਿਬ ਮਹਾਰਾਜ ਨੇ ਉਹਨੂੰ ਦੇ ਕੇ ਉਹਦਾ ਰਾਜ ਬਖਸ਼ਿਆ। ਇਹ ਕੱਲ੍ਹ ਦੋ ਉਦਾਹਰਣਾਂ ਆਪਾਂ ਸਰਵਣ ਕੀਤੀਆਂ। ਕਹਿਣ ਤੋਂ ਭਾਵ, ਜਿਹੜੇ ਮੁਸਲਮਾਨ ਗੁਰੂ ਪਾਤਸ਼ਾਹ ਨੂੰ ਜਾਣਦੇ ਨੇ, ਉਹ ਜਾਣਦੇ ਸਨ ਇਸ ਗੱਲ ਨੂੰ ਵੀ ਜਿਹੜਾ ਬਚਨ ਮਹਾਰਾਜ ਦੇ ਮੁੱਖੋਂ ਹੋ ਗਿਆ ਪੂਰਾ ਜ਼ਰੂਰ ਹੋਵੇਗਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪੈ, ਕਹਿੰਦੇ ਭਾਈ, ਦਿਨਾਂ ਪ੍ਰਤੀ ਦਿਨ ਇਹਨਾਂ ਮੁਗਲਾਂ ਦਾ ਤੇਜ ਪ੍ਰਤਾਪ ਹੁਣ ਰਹਿਣਾ ਨਹੀਂ, ਜੜ੍ਹਾਂ ਪੜ ਦਿੱਤੀਆਂ, ਇਹਨਾਂ ਦਾ ਰਾਜ ਭਾਗ ਹੁਣ ਨਾਸ਼ ਹੋ ਜਾਣਾ ਹੈ। ਬਚੇ ਜੇ ਰੰਗ ਹੋ ਲੈ ਆਪਤ, ਜਿਹੜੇ ਬਚ ਵੀ ਜਾਣਗੇ ਉਹ ਰੰਗ ਕਹੀਏ ਕੰਗਾਲ ਹੋ ਜਾਣਗੇ, ਆਪਤ ਕਹੀਏ ਦੁਖੀ ਪਾਉਣਗੇ। ਜਿਹੜੇ ਬਚ ਵੀ ਜਾਣਗੇ ਨਾ, ਉਹ ਫਿਰ ਦੁਖੀ ਹੋ ਜਾਣਗੇ, ਧਨ ਪਦਾਰਥ ਚਲੇ ਜਾਵੇਗਾ, ਐਸੀ ਉਹਨਾਂ ਦੀ ਹਾਲਤ ਹੋਣੀ ਹੈ। ਕਿੰਨੇ ਗਨ ਅਪਰਾਧ ਵਿਸਾਲਾ, ਕਿਉਂਕਿ ਇਹਨਾਂ ਨੇ ਬੜੇ ਭਾਰੀ ਅਪਰਾਧ ਕੀਤੇ ਨੇ, ਗੁਨਾਹ ਕੀਤੇ, ਅਤੇ ਉਹਨਾਂ ਗੁਨਾਹਾਂ ਦੀ ਸਜ਼ਾ ਇਹਨਾਂ ਨੂੰ ਮਿਲਣੀ ਹੈ। ਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਨੂੰ ਜਿਸ ਵੇਲੇ ਚੱਕੀ ਪੀਸਣ ਵਾਸਤੇ ਬਾਬਰ ਨੇ ਆਖਿਆ ਸੀ, ਅਤੇ 1100 ਚੱਕੀਆਂ ਆਪਣੇ ਆਪ ਹੀ ਚੱਲ ਪਈਆਂ। ਜਿੰਨੇ ਫੜੇ ਸਨ ਜੇਲ੍ਹਾਂ ਵਿੱਚ ਤਾੜੇ ਗਏ ਕੈਦੀ, ਸਾਰਿਆਂ ਦੀਆਂ ਚੱਕੀਆਂ ਚੱਲਦੀਆਂ ਵੇਖ ਕੇ ਬਾਬਰ ਹੈਰਾਨ ਹੋਇਆ। ਜਾਣਿਆ ਵੀ ਇਹ ਕੋਈ ਡਾਢੇ ਪੀਰ ਨੇ, ਸ਼ਰਨ ਵਿੱਚ ਆ ਕੇ ਮੰਗਿਆ, ਮਹਾਰਾਜ ਮਾਫ਼ ਕਰ ਦਿਓ। ਪਾਤਸ਼ਾਹ ਕਹਿੰਦੇ, ਮਾਫ਼ੀ ਦੇਵਾਂਗੇ, ਜਿੰਨੇ ਕੈਦੀ ਕੀਤੇ ਨੇ ਸਾਰਿਆਂ ਨੂੰ ਛੱਡ ਦਿਓ। ਉਸੇ ਵੇਲੇ ਆਪਣੀਆਂ ਜੇਲ੍ਹਾਂ ਦੇ ਤਾਲੇ ਖੁਲਵਾ ਕੇ ਸਾਰਿਆਂ ਨੂੰ ਆਜ਼ਾਦ ਕੀਤਾ। ਫਿਰ ਝੋਲੀ ਅੱਡ ਕੇ ਆਖਦਾ, ਮਹਾਰਾਜ ਮੰਗਤਾ ਬਣਿਆ ਤੁਹਾਡੇ ਦਰ ਦਾ ਕਰਦਾ, ਕਿਰਪਾ ਕਰੋ ਰਾਜ ਭਾਗ ਮੈਨੂੰ ਪੁਸ਼ਤੈਨੀ ਬਖਸ਼ੋ, ਮੇਰੇ ਰਾਜ ਭਾਗ ਮੇਰੀ ਕੁੱਲ ਵਿੱਚੋਂ ਕਿਸੇ ਨੇ ਨਹੀਂ ਕੀਤਾ ਹੈ। ਇਹ ਬਚਨ ਸੁਣ ਕੇ ਫਿਰ ਮਹਾਰਾਜ ਨੇ ਆਖਿਆ ਸੀ, ਠੀਕ ਹੈ, ਪੁਸ਼ਤਾਂ ਦਾ ਰਾਜ ਤਾਂ ਬਖਸ਼ਦੇ ਹਾਂ, ਪਰ ਜਦੋਂ ਪਾਪ ਕਰੋਗੇ ਫਿਰ ਅਸੀਂ ਇਸ ਰਾਜ ਨੂੰ ਮਿਟ ਦੇਵਾਂਗੇ। ਪੀੜ੍ਹੀ ਦਰ ਪੀੜ੍ਹੀ ਇਹਨਾਂ ਮੁਗਲਾਂ ਨੇ ਫਿਰ ਜ਼ੁਲਮ ਦੀ ਇੰਤਹਾ ਕਰ ਦਿੱਤੀ, ਬੜੇ ਜ਼ੁਲਮ ਕੀਤੇ। ਗੁਰਮੁਖ ਹੋ ਸਿੱਖ ਇਤਿਹਾਸ ਨੂੰ ਤਾਂ ਆਪਾਂ ਜਾਣਦੇ ਹਾਂ ਵੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣਾ, ਅਨੰਦਪੁਰ ਸਾਹਿਬ ਨੂੰ ਢਾਹ ਦੇਣਾ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦੇਣਾ, ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋ ਜਾਣੀ। ਇਹ ਤਾਂ ਇਤਿਹਾਸ ਆਪਾਂ ਕਈ ਵਾਰੀ ਸੁਣਦੇ ਹਾਂ ਦੀਵਾਨਾਂ ਦੇ ਵਿੱਚ, ਪਰ ਇਸ ਔਰੰਗਜ਼ੇਬ ਨੇ ਇੰਨੇ ਪਾਪ ਕੀਤੇ, ਜਿਹੜੇ ਮੁਸਲਮਾਨ ਫਕੀਰ ਸਨ ਉਹਨਾਂ ਨੂੰ ਵੀ ਫੜ ਫੜ ਕੇ ਹਾਥੀਆਂ ਦੇ ਪੈਰਾਂ ਥੱਲੇ ਦਿੱਤਾ, ਕਈਆਂ ਨੂੰ ਨੰਗੇ ਕਰਕੇ ਜੇਲ੍ਹਾਂ ਵਿੱਚ ਭੁੱਖੇ ਰੱਖਿਆ। ਮੁਸਲਮਾਨ ਪੀਰ ਵੀ ਇਸਨੇ ਬੜੇ ਭਾਰੀ ਤਸ਼ੱਦਦ ਕੀਤੇ, ਹਿੰਦੂ ਮਤ ਦੇ ਜਿਹੜੇ ਸਾਧੂ ਸੰਤ ਸਨ ਉਹਨਾਂ ਨੂੰ ਵੀ ਫੜ ਫੜ ਕੇ ਕੋਹ ਕੋਹ ਕੇ ਅਤੇ ਦੁੱਖ ਦੇ ਦੇ ਕੇ ਮਾਰਿਆ। ਇੱਥੋਂ ਤੱਕ ਕਿ ਜਿਹੜੀਆਂ ਵੇਸਵਾਵਾਂ ਨੇ ਉਹਨਾਂ ਨੂੰ ਵੀ ਬੇੜੀਆਂ ਵਿੱਚ ਬਿਠਾ ਬਿਠਾ ਕੇ ਅਤੇ ਜਮਨਾ ਵਿੱਚ ਬੇੜੀਆਂ ਡੋਬ ਕੇ ਸਾਰੀਆਂ ਹੀ ਮਾਰ ਦਿੱਤੀਆਂ। ਇਹ ਕੁਝ ਉਦਾਹਰਣਾਂ ਨੇ ਔਰੰਗਜ਼ੇਬ ਦੇ ਰਾਜ ਦੀਆਂ, ਵੀ ਔਰੰਗਜ਼ੇਬ ਨੇ ਕਿਸੇ ਇੱਕ ਦੇ ਉੱਪਰ ਜ਼ੁਲਮ ਨਹੀਂ ਕੀਤਾ, ਸਭ ਨੂੰ ਉਸ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ। ਅਤੇ ਪਾਤਸ਼ਾਹ ਕਹਿੰਦੇ, ਭਾਈ ਇਹਨਾਂ ਨੇ ਹੁਣ ਅਪਰਾਧ ਹੀ ਇੰਨੇ ਕਰ ਦਿੱਤੇ, ਗਲਤੀਆਂ ਹੀ ਇੰਨੀਆਂ ਕਰ ਦਿੱਤੀਆਂ, ਪਾਪ ਇੰਨੇ ਕਰ ਦਿੱਤੇ ਵੀ ਉਹ ਪਾਪ ਤਾਂ ਹੁਣ ਛੁੱਟਿਆ ਨਹੀਂ ਜਾਣਾ ਇਹਨਾਂ ਕੋਲੋਂ, ਇਹਨਾਂ ਦੇ ਪਾਪ ਨੇ ਇਹਨਾਂ ਦਾ ਬੇੜਾ ਗਰਕ ਕਰਨਾ ਹੈ, ਇਸ ਕਰਕੇ ਇਹਨਾਂ ਨੇ ਬੜੇ ਭਾਰੀ ਪਾਪ ਕੀਤੇ ਹਨ। ਤਿੰਨ ਕੋ ਫਲ ਹੈ ਬਿਨ ਕਾਲਾ, ਵਹਿ ਹੈ ਇਨ ਕਾਲਾ, ਕਹਿਣ ਲੱਗੇ ਵੀ ਇਹਨਾਂ ਦਾ ਫਲ ਇਹਨਾਂ ਨੂੰ ਜ਼ਰੂਰ ਮਿਲਣਾ ਹੈ, ਕਿਉਂਕਿ ਬਚਨ ਇਹ ਗੁਰਮੁਖੋ ਇਹ ਕਰੇ
ਸੋ ਇਹ ਕਰ ਪਾਏ। ਜਿਵੇਂ ਦਾ ਕੰਮ ਕਰੀਏ ਉਵੇਂ ਦਾ ਫਲ ਮਿਲਦਾ ਜ਼ਰੂਰ ਹੈ। ਬਸ ਫਰਕ ਇੰਨਾ ਵੀ ਜੇ ਤੁਸੀਂ ਚੰਗੇ ਬਹੁਤੇ ਕੀਤੇ ਅਤੇ ਮਾੜਾ ਇੱਕ ਅੱਧਾ ਕੀਤਾ ਤਾਂ ਉਹਦਾ ਫਲ ਕੁਝ ਸਮਾਂ ਠਹਿਰ ਕੇ ਮਿਲੇਗਾ, ਥੋੜ੍ਹਾ ਲੰਮਾ ਸਮਾਂ ਲੰਘ ਜਾਏਗਾ, ਹੋ ਸਕਦਾ ਪੂਰਾ ਜਨਮ ਹੀ ਲੰਘ ਜਾਵੇ, ਹੋ ਸਕਦਾ ਦੋ ਜਨਮ ਲੰਘ ਜਾਣ ਅਤੇ ਉਹਦਾ ਫਲ ਨਾ ਮਿਲੇ, ਪਰ ਫਲ ਉਹਦਾ ਮਿਲਣਾ ਜ਼ਰੂਰ ਹੈ। ਰਾਜੇ ਨੇ ਭਗਵਾਨ ਕ੍ਰਿਸ਼ਨ ਜੀ ਨੂੰ ਆਖਿਆ ਸੀ ਨਾ ਵੀ ਮੈਂ 100 ਜਨਮ ਦੇ ਵਿੱਚ ਕੋਈ ਪਾਪ ਨਹੀਂ ਕੀਤਾ, ਕਹਿੰਦੇ ਇਸ ਤੋਂ ਵੀ ਪਿੱਛੇ ਕੀਤਾ, ਉਹ ਪਾਪ ਤੇਰਾ ਮੁੱਕਿਆ ਥੋੜ੍ਹੀ ਹੈ, ਜਿਹੋ ਜਿਹਾ ਕਰਮ ਕੀਤਾ ਉਹਦਾ ਫਲ ਮਿਲਿਆ, ਭਾਵੇਂ 100 ਜਨਮ ਬਾਅਦ ਮਿਲਿਆ ਪਰ ਮਿਲਣਾ ਜ਼ਰੂਰ ਹੈ। ਜਨਮ 100 ਵੀ ਲੰਘ ਸਕਦਾ, ਹੋ ਸਕਦਾ ਚੰਗੇ ਕੰਮ ਹੀ ਬੰਦਾ ਇੰਨੇ ਕਰੇ ਕਿ ਪਾਪ ਕਿਤੇ ਇੱਕ ਅੱਧਾ ਹੀ ਹੈ ਕਿਤੇ ਬੈਠਾ ਰਹੇ, ਅਤੇ ਪਰ ਜਦੋਂ ਸਮਾਂ ਆਵੇਗਾ ਨਾ 100 ਜਨਮ ਦੇ ਬਾਅਦ ਵੀ ਉਸਦਾ ਲੇਖਾ ਦੇਣਾ ਪੈਂਦਾ ਹੈ। ਅਤੇ ਰਾਜਾ ਉਸ ਵੇਲੇ ਅੰਨਾ ਹੈ, ਅੰਨਾ ਰਾਜਾ ਬਣ ਕੇ ਤਖ਼ਤ 'ਤੇ ਬੈਠਾ ਹੈ। ਇਹ ਸਾਖੀ ਜਿਹੜੀ ਹੈ ਨਾ, ਇਹ ਸਾਨੂੰ ਇਹ ਸਿੱਖਿਆ ਦਿੰਦੀ ਹੈ ਵੀ ਜੇ ਅਸੀਂ ਪਾਪ ਕਰ ਲਿਆ ਨਾ, ਕਈ ਵਾਰੀ ਆਪਾਂ ਕਹਿ ਦਿੰਦੇ ਵੀ ਉਹ ਫਲਾਣਾ ਬੰਦਾ ਹੈ ਇਹ ਬੜੇ ਮਾੜੇ ਕੰਮ ਕਰਦਾ, ਪਰ ਇਹਨੂੰ ਜੇ ਬੜਾ ਸੁੱਖ ਮਿਲਿਆ ਹੋਇਆ ਵੀ ਸੋਹਣੀ ਰੋਟੀ ਪ੍ਰਸ਼ਾਦਾ ਇਹਦਾ ਚੱਲਦਾ, ਇਹ ਚੰਗਾ ਭਲਾ ਤੰਦਰੁਸਤ ਹੈ, ਕਦੇ ਇਹਦਾ ਸਿਰ ਪੀੜ ਨਹੀਂ ਹੋਇਆ, ਅਤੇ ਵੇਖੋ ਕਿੰਨੇ ਪਾਪ ਕਰਦਾ ਅਤੇ ਬੜੇ ਨਜ਼ਾਰੇ ਬਣੇ ਹੋਏ। ਇਹਦਾ ਭਾਵ ਇਹ ਨਹੀਂ ਲੈ ਲੈਣਾ ਵੀ ਉਹ ਨਜ਼ਾਰੇ ਬਣੇ ਹੀ ਰਹਿਣਗੇ, ਹੋ ਸਕਦਾ ਉਹਨੇ ਪਿੱਛੇ ਕੋਈ ਚੰਗੇ ਇੰਨੇ ਕਰਮ ਕੀਤੇ ਅਜੇ ਤਾਂ ਉਹੀ ਫਲ ਛਕਦਾ ਪਿਆ, ਇਹਦਾ ਲੇਖਾ ਅਜੇ ਉਹਨੇ ਦੇਣਾ ਹੈ। ਹੋ ਸਕਦਾ 2 ਜਨਮ ਲੰਘ ਜਾਣ ਅਜੇ ਉਹ ਕਰਮਾਂ ਦਾ ਹੀ ਫਲ ਛਕਦਾ ਹੈ, 4 ਜਨਮ ਲੰਘ ਜਾਣ। ਰਾਜੇ ਨੇ 100 ਜਨਮ ਲੈ ਲਏ ਅਤੇ 100 ਜਨਮ ਆਪਣੇ ਚੰਗੇ ਕਰਮਾਂ ਨੂੰ ਹੀ ਖਾਂਦਾ ਰਿਹਾ, 100 ਜਨਮ ਬਾਅਦ ਜਾ ਕੇ ਇੰਨਾ ਹੋਇਆ। ਅਤੇ ਉਸ ਵੇਲੇ ਦੇ ਸਮੇਂ ਦੇ ਅਵਤਾਰ ਨੂੰ ਕਹਿਣਾ ਪਿਆ ਵੀ ਤੇਰੇ ਕਰਮ ਇੰਨੇ ਚੰਗੇ ਸਨ ਵੀ ਤੇਰੇ 100 ਜਨਮ ਉਹਨਾਂ ਕਰਮਾਂ ਨੂੰ ਭੋਗਦਿਆਂ ਲੰਘ ਹੈ, ਪਰ ਅੱਜ ਉਹ ਪਾਪ ਦਾ ਕਰਮ ਵੀ ਤੇਰੇ ਅੱਗੇ ਆ ਗਿਆ, ਅੰਨਾ ਤੂੰ ਤਾਂ ਹੋਇਆ ਹੈ। ਭਾਵ ਇਹ ਹੈ ਗੁਰਮੁਖੋ ਵੀ ਜਿਹੋ ਜਿਹਾ ਬੰਦਾ ਕੰਮ ਕਰੇ ਨਾ, ਜੇ ਆਪਾਂ ਵੀ ਪਾਪ ਕਰਾਂਗੇ ਤਾਂ ਮਤਾ ਕਿਤੇ ਕੋਈ ਕਹੇ ਵੀ ਮੈਂ ਬਖਸ਼ਿਆ ਜਾਵਾਂਗਾ, ਬਖਸ਼ਿਆ ਕੋਈ ਨਹੀਂ ਜਾਣਾ, ਇਹ ਕਰ ਕਰੇ ਸੋ ਇਹ ਕਰ ਪਾਏ, ਜਿਵੇਂ ਦੇ ਕਰਮ ਕਰਦਾ ਉਵੇਂ ਦਾ ਫਲ ਪਾਉਂਦਾ। ਦੱਦਾ ਦੋਸ ਨਾ ਦਿਉ ਕਿਸੇ ਦੋਸ ਕਰਮਾਂ, ਆਪਣੇ ਕਰਮਾਂ ਦਾ ਹੀ ਦੁੱਖ ਤੇ ਸੁੱਖ ਜ਼ਿੰਦਗੀ ਦੇ ਵਿੱਚ ਮਿਲਦਾ ਹੈ। ਅੰਗ ਸੰਗ ਮੁਝਕੋ ਨਿਤ ਜਾਣਾ, ਖਾਲਸੇ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਹੁਣ ਤੇ ਤੁਸੀਂ ਸਾਡੇ ਵਿੱਚ ਆ ਕੇ ਬੈਠਦੇ ਹੋ, ਅਸੀਂ ਤੁਹਾਨੂੰ ਮਾਣ ਸਨਮਾਨ ਦਿੰਦੇ, ਮੱਥਾ ਵੀ ਟੇਕਦੇ, ਸ਼ਿਕਾਰ ਖੇਡਣ ਵੀ ਸਾਡੇ ਨਾਲ ਆਪ ਜਾਂਦੇ, ਅਸੀਂ ਤੁਹਾਡੇ ਨਾਲ ਜਾਂਦੇ, ਜੰਗ ਯੁੱਧ ਵਿੱਚ ਵੀ ਮਹਾਰਾਜ ਆਪ ਬੜੀ ਕਿਰਪਾ ਕਰਦੇ, ਆਪ ਸੱਚਖੰਡ ਨੂੰ ਚੱਲੇ ਹੋ ਤੇ ਸਾਡਾ ਕੀ ਬਣੇਗਾ। ਮਹਾਰਾਜ ਕਹਿੰਦੇ ਨਹੀਂ ਖਾਲਸਾ ਜੀ, ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਹਾਂ, ਅੰਗ ਸੰਗ ਹਾਂ ਤੁਹਾਡੇ, ਸਦਾ ਅੰਗ ਸੰਗੇ ਅਭੰਗੰ, ਸਦਾ ਹੀ ਤੁਹਾਡੇ ਨਾਲ ਹਾਂ, ਤੁਹਾਡੇ ਤੋਂ ਦੂਰ ਨਹੀਂ ਹਾਂ, ਅਸੀਂ ਖਾਲਸੇ ਦੇ ਵਿੱਚ ਹੀ ਵਿਚਰਦੇ ਪਏ ਹਾਂ। ਇਹ ਬਚਨ ਕਹਿ ਕੇ ਮਹਾਰਾਜ ਨੇ ਉਸ ਵੇਲੇ ਨਿਵਾਜਿਆ ਹੈ, ਸਦਾ ਸਹਾਇਕ ਆਪਣਾ ਮਨ, ਅਸੀਂ ਸਦਾ ਹੀ ਤੁਹਾਡੀ ਸਹਾਇਤਾ ਵਾਸਤੇ ਬੈਠੇ ਹਾਂ। ਇਹ ਮੰਨ ਲਓ ਬਚਨ, ਜੇ ਤੁਸੀਂ ਰਹਿਤ ਬਹਿਤ ਵਿੱਚ ਪੂਰੇ ਰਹੋਗੇ ਨਾ, ਬਾਣੀ ਪੜ੍ਹਦੇ ਰਹੋਗੇ, ਸਿਮਰਨ ਕਰਦੇ ਰਹੋਗੇ, ਬੱਜਰ ਕੁਰੈਤਾਂ ਤੋਂ ਬਚੇ ਰਹੋਗੇ, ਤੇ ਫਿਰ ਇਹ ਬਚਨ ਪੱਲੇ ਬੰਨ ਲਓ ਵੀ ਅਸੀਂ ਤੁਹਾਡੇ ਨਾਲ ਹੀ ਹਾਂ, ਗੁਰ ਮੇਰੇ ਸੰਗ ਸਦਾ ਹੈ, ਨਾਲ ਨਾਰਾਇਣ ਮੇਰੇ, ਉਹ ਸਦਾ ਹੀ ਨਾਲ ਹੈ, ਕਦੇ ਦੂਰ ਨਹੀਂ ਬੰਦਿਆ, ਰੱਬ ਤੇਰੇ ਤੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ, ਸਾਡੇ ਕੋਲ ਅੱਖ ਨਹੀਂ ਹੈ, ਰੱਬ ਹੈ ਤੇ ਨਾਲ। ਭਗਤਾਂ ਨੇ ਆਖਿਆ ਕੋਈ ਜਗ੍ਹਾ ਇਹੋ ਜਿਹੀ ਹੈ ਨਹੀਂ ਹੈ ਵੀ ਜਿੱਥੇ ਉਹ ਨਾ ਹੋਵੇ, ਅਸੀਂ ਆਖਦੇ ਹਾਂ ਵੀ ਉਹ ਕਿਤੇ ਹੈ ਹੀ ਨਹੀਂ। ਦੁਨੀਆਂ ਦੇ ਲੋਕ, ਸੰਸਾਰੀ ਲੋਕ, ਵਿਕਾਰੀ ਲੋਕ ਤੇ ਮੰਦਰਾਂ ਵਿੱਚ ਜਾ ਕੇ, ਗੁਰਦੁਆਰਿਆਂ 'ਚ ਜਾ ਕੇ, ਮਸੀਤਾਂ 'ਚ ਜਾ ਕੇ ਵੀ ਪਾਪ ਕਰਦੇ, ਕਿਉਂਕਿ ਉਹਨਾਂ ਨੂੰ ਰੱਬ ਦੇ ਧਾਰਮਿਕ ਸਥਾਨ 'ਤੇ ਵੀ ਨਹੀਂ ਦਿਸਿਆ ਹੈ। ਪਾਪੀ ਬੰਦੇ ਨੂੰ ਧਰਮ ਦੇ ਸਥਾਨ 'ਤੇ ਵੀ ਰੱਬ ਨਹੀਂ ਦਿਸਦਾ, ਅਤੇ ਨਾਮ ਜਪਣ ਵਾਲੇ ਨੂੰ ਕੋਈ ਇਹੋ ਜਿਹੀ ਜਗ੍ਹਾ ਨਹੀਂ ਹੈ ਵੀ ਜਿੱਥੇ ਉਹ ਨਾ ਦਿਸੇ, ਉਹ ਸਾਰਿਆਂ ਥਾਵਾਂ 'ਤੇ ਦਿਸਦਾ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ, ਕਿਹੜੀ ਜਗ੍ਹਾ ਵੀ ਜਿੱਥੇ ਉਹ ਸੱਚ ਸਰੂਪ ਨਾ ਹੋਵੇ, ਬਸ ਵੇਖਣ ਦੀ ਅੱਖ ਦਾ ਫਰਕ ਹੈ। ਹਰਨਾਕਸ਼ ਨੂੰ ਨਹੀਂ ਦਿਸਦਾ ਪਿਆ ਅਤੇ ਪ੍ਰਹਿਲਾਦ ਨੂੰ ਦਿਸਦਾ ਪਿਆ ਹੈ, ਬਸ ਇਹੋ ਹੀ ਫਰਕ ਹੈ। ਪਾਪੀਆਂ ਨੂੰ ਦਿਸਦਾ ਨਹੀਂ, ਭਗਤਾਂ ਨੂੰ ਸਾਰਿਆਂ ਥਾਵਾਂ 'ਤੇ ਉਸ ਦੀ ਜੋਤ ਨਜ਼ਰ ਆਉਂਦੀ ਹੈ। ਨਿਤ ਪ੍ਰਤੀ ਗੁਰਬਾਣੀ ਅਭਿਆਸ, ਇਸ ਕਰਕੇ ਸਾਡਾ ਸਿੱਖ ਰੋਜ਼ ਗੁਰਬਾਣੀ ਦਾ ਅਭਿਆਸ ਕਰੇ। ਕਈ ਵਾਰੀ ਆਪਾਂ ਕਹਿੰਦੇ ਨਾ ਮੈਨੂੰ ਬਾਣੀ ਯਾਦ ਨਹੀਂ ਹੁੰਦੀ, ਜਪਜੀ ਸਾਹਿਬ ਦਾ ਪਾਠ ਮੈਨੂੰ ਜ਼ੁਬਾਨੀ ਯਾਦ ਨਹੀਂ ਹੁੰਦਾ, ਸੁਖਮਨੀ ਸਾਹਿਬ ਦਾ ਪਾਠ ਮੈਨੂੰ ਯਾਦ ਨਹੀਂ ਹੁੰਦਾ। ਉਹਦਾ ਕਾਰਨ ਇਹ ਹੈ ਸਾਡੇ ਨਾਗੇ ਪੈ ਜਾਂਦੇ, ਇੱਕ ਦਿਨ ਪਾਠ ਕੀਤਾ ਅਤੇ ਪਤਾ ਨਹੀਂ ਉਹਨਾਂ ਹਫ਼ਤਾ ਲੰਘੇ ਕਿ 10 ਦਿਨ ਲੰਘ ਜਾਣ।
ਗੁਰਬਾਣੀ ਯਾਦ ਨਹੀਂ ਇਸ ਤਰ੍ਹਾਂ, ਜੇ ਰੋਜ਼ ਬਾਣੀ ਪੜ੍ਹੇਗਾ ਨਾ ਆਪਣੇ ਆਪ ਯਾਦ ਕਰਨ ਦੀ ਵੀ ਲੋੜ ਨਹੀਂ ਪੈਣੀ, ਆਪੇ ਹੀ ਯਾਦ ਹੋ ਜਾਣੀ। ਮਹਾਰਾਜ ਕਹਿੰਦੇ ਬਾਣੀ ਪੜ੍ਹਨੀ ਤਾਂ ਰੋਜ਼ ਪੜ੍ਹਿਆ ਗਿਆ, ਪ੍ਰਸ਼ਾਦਾ ਵੀ ਤਾਂ ਰੋਜ਼ ਹੀ ਛਕਦੇ ਹਾਂ ਨਾ, ਸਾਡੇ ਤਨ ਦੀ ਇਹ ਖੁਰਾਕ ਹੈ ਪ੍ਰਸ਼ਾਦਾ, ਨਾ ਛਕੀਏ ਦੋ ਦਿਨ ਤਾਂ ਕਮਜ਼ੋਰ ਹੋ ਜਾਈਦਾ, ਦੋ ਦਿਨ ਤਾਂ ਦੂਰ ਦੀ ਗੱਲ ਹੈ, ਸਮੇਂ ਸਿਰ ਨਾ ਛਕੀਏ ਤਾਂ ਗਰਮੀ ਪੈ ਜਾਂਦੀ, ਬਿਮਾਰੀਆਂ ਪੈ ਜਾਂਦੀਆਂ, ਘੇਰ ਲੈਂਦੀਆਂ। ਅਤੇ ਕਹਿੰਦੇ ਨਾ ਡਾਕਟਰ ਵੈਦ ਹਕੀਮ ਵੀ ਭਾਈ ਸਵੇਰੇ ਉੱਠ ਕੇ ਭੁੱਖੇ ਪੇਟ ਨਹੀਂ ਰਹਿਣਾ ਚਾਹੀਦਾ, ਪ੍ਰਸ਼ਾਦਾ ਸਰੀਰ ਦਾ ਜ਼ਰੂਰਤ ਹੈ, ਨਿਤਨੇ ਬਾਣੀ ਸਾਡੇ ਆਤਮਾ ਦੀ ਖੁਰਾਕ ਹੈ, ਜਿਵੇਂ ਸਰੀਰ ਵਾਸਤੇ ਰੋਟੀ ਜ਼ਰੂਰੀ ਹੈ, ਆਤਮਾ ਵਾਸਤੇ ਨਿਤਨੇਮ ਵੀ ਜ਼ਰੂਰੀ ਹੈ, ਇਹਦੇ ਵਿੱਚ ਕਦੇ ਨਾਗਾ ਨਹੀਂ ਪੈਣਾ ਚਾਹੀਦਾ, ਨਹੀਂ ਤਾਂ ਇੰਨੇ ਕਮਜ਼ੋਰ ਹੋ ਜਾਵਾਂਗੇ, ਜਮਾਂ ਦੀ ਮਾਰ ਨਹੀਂ ਖਾਧੀ ਜਾਣੀ, ਪਾਪੀ ਪਾਪ ਕਮਾਵਦੇ ਕਰਦੇ। ਜੇ ਹੁਣ ਆਤਮਾ ਕਮਜ਼ੋਰ ਹੋਵੇਗੀ, ਨਾ ਬਾਣੀ ਨਹੀਂ ਜਪਿਆ ਪੜਿਆ, ਤਾਂ ਫਿਰ ਮਾਰ ਪਏ ਤਾਂ ਫਿਰ ਹਾਏ ਹਾਏ ਕਰਨਾ ਨਾ, ਦੁਖੀ ਹੋਣਾ ਨਾ ਜਾ ਕੇ। ਇਸ ਕਰਕੇ ਜਿਨ੍ਹਾਂ ਦਾ ਇਹ ਸਵਾਲ ਹੈ ਨਾ ਬਾਣੀ ਯਾਦ ਨਹੀਂ ਹੁੰਦੀ, ਉਹਨਾਂ ਦਾ ਉੱਤਰ ਇਹੋ ਉਹਨਾਂ ਦੇ ਕੋਲ ਹੀ ਹੈ ਵੀ ਇਹ ਰੋਜ਼ ਨਿਤਨੇਮ ਨਹੀਂ ਕਰਦਾ, ਇਹ ਪਾਠ ਰੋਜ਼ ਨਹੀਂ ਕਰਦਾ, ਕਰੇਗਾ ਤਾਂ ਯਾਦ ਕਰਨ ਦੀ ਲੋੜ ਨਹੀਂ, ਆਪ ਹੀ ਹੋ ਜਾਣਾ। ਮਹਾਰਾਜ ਕਹਿਣ ਲੱਗੇ ਨਿਤਨੇਮ ਰੋਜ਼ ਕਰਨਾ ਹੈ, ਬਾਣੀ ਰੋਜ਼ ਪੜ੍ਹਨੀ ਹੈ, ਬਾਣੀ ਨੂੰ ਰੋਜ਼ ਕਮਾਉਣਾ ਹੈ। ਸਾਹਿਬ ਮੇਰਾ ਨੀਤ ਨਵਾਂ, ਇਹ ਮਹਾਰਾਜ ਦੇ ਬਚਨ ਨੇ, ਨਿਤਾ ਪ੍ਰਤੀ ਨਿਤ ਰੱਬ ਨਵਾਂ ਹੈ, ਉਹਦੀ ਬਾਣੀ ਵਿੱਚੋਂ ਰੋਜ਼ ਨਵਾਂ ਸਵਾਦ ਆਉਂਦਾ ਹੈ। ਦੁਨੀਆਂ ਦੀ ਕੋਈ ਕਵਿਤਾ ਦੋ ਚਾਰ ਦਿਨ ਲਗਾਤਾਰ ਪੜ੍ਹ ਲਓ, ਮੁੜ ਕੇ ਪੜ੍ਹਨ ਨੂੰ ਜੀ ਨਹੀਂ ਕਰਦਾ, ਉਹ ਕਵਿਤਾ ਵਾਲੀ ਕਿਤਾਬ ਵੱਲ ਵੇਖਣ ਨੂੰ ਮਨ ਨਹੀਂ ਕਰਦਾ। ਜਪਜੀ ਸਾਹਿਬ ਦਾ ਪਾਠ ਰੋਜ਼ ਕਰੋਗੇ, ਰੋਜ਼ ਨਵਾਂ ਹੀ ਸਵਾਦ ਆਉਂਦਾ, ਨਵਾਂ ਹੀ ਆਨੰਦ ਆਉਂਦਾ, ਬਾਣੀ ਕਦੇ ਪੁਰਾਣੀ ਨਹੀਂ ਹੁੰਦੀ। ਇਸ ਕਰਕੇ ਬਾਣੀ ਨੂੰ ਰੋਜ਼ ਪੜ੍ਹਨਾ ਇਹ ਸਿੱਖ ਨੂੰ ਮਹਾਰਾਜ ਦਾ ਹੁਕਮ ਹੈ। ਕਹਿ ਸ਼ਸਤਰ ਨਾ ਸਨ ਸ਼ਤਰ ਵਿਨਾਸ਼, ਤੇ ਨਾਲ ਬਚਨ ਇਹ ਹੈ ਵੀ ਇਕੱਲਾ ਬਾਣੀ ਪੜ੍ਹਨੀ ਨਹੀਂ, ਬਾਣੀ ਨੂੰ ਕਮਾਉਣਾ ਵੀ ਹੈ, ਬਾਣੀ ਦੇ ਉੱਪਰ ਚੱਲਣਾ ਵੀ ਹੈ, ਵੀ ਸਤਿਗੁਰਾਂ ਨੇ ਜੋ ਆਖਿਆ ਉਹ ਬਚਨ ਕਮਾਉਣਾ ਹੈ, ਕਮਾਈ ਕਰਕੇ ਸਭ ਕੁਝ ਹੋਣਾ ਹੈ। ਮਨ ਸੁਖ ਸ਼ਾਹੂਕਾਰ ਦੇ ਕੋਲ ਭਾਈ ਭਗੀਰਥ ਗਏ। ਗੁਰਮੁਖੋ, ਸਾਖੀਆਂ ਆਪਾਂ ਇਹ ਸਰਵਣ ਬੜੀ ਵਾਰੀ ਕਰ ਚੁੱਕੇ, ਪਰ ਕੁਝ ਕੁਝ ਸਾਖੀਆਂ ਬੜਾ ਕੁਝ ਸਾਨੂੰ ਦੱਸ ਜਾਂਦੀਆਂ। ਅਤੇ ਸਿੱਖ ਨੇ ਦੂਜੀ ਰਾਤ ਰਹਿਣ ਤੋਂ ਮਨ੍ਹਾ ਕੀਤਾ, ਅਤੇ ਸ਼ਾਹੂਕਾਰ ਨੇ ਆਖਿਆ ਵੀ ਤਾਂ ਕੀ ਹੋਇਆ, ਇੱਕ ਰਾਤ ਪਹਿਲਾਂ ਵੀ ਰਹਿ ਪਿਆ, ਦੂਜੀ ਵੀ ਰਹਿ ਪੋ। ਸਿੱਖ ਨੇ ਆਖਿਆ ਗੱਲ ਰਾਤ ਦੀ ਨਹੀਂ ਹੈ, ਦੋ ਦੀ ਛੱਡ ਕੇ ਭਾਵੇਂ ਤਿੰਨ ਰੱਖ ਲਾ ਮੈਂ ਰਹਿ ਪਵਾਂ, ਗੱਲ ਤਾਂ ਗੁਰੂ ਦੇ ਬਚਨ ਦੀ ਹੈ। ਮੇਰੇ ਗੁਰੂ ਨੇ ਆਖਿਆ ਵੀ ਰਾਤ ਇੱਕ ਰਹਿਣੀ ਹੈ, ਬਸ ਇਹ ਬਚਨ ਮੈਂ ਮੰਨਣਾ ਵੀ ਰਹਿਣੀ ਇੱਕ ਹੀ ਹੈ, ਮੈਂ ਦੋ ਵੀ ਰਹਿ ਸਕਦਾ, ਚਾਰ ਵੀ ਰਹਿ ਸਕਦਾ, ਕੀ ਹੈ ਇੱਥੇ ਵੀ ਸੌਣਾ ਅਤੇ ਉੱਥੇ ਵੀ ਸੌਣਾ ਹੈ, ਘਰੇ ਵੀ ਸੌਣਾ ਅਤੇ ਤੇਰੇ ਕੋਲ ਵੀ ਸੌਣਾ। ਪਰ ਕਾਰਨ ਇਹ ਹੈ ਵੀ ਗੁਰੂ ਦਾ ਬਚਨ ਇਹ ਹੈ ਵੀ ਇੱਕ ਰਾਤ, ਇਹਦਾ ਮਤਲਬ ਇਹ ਹੈ ਵੀ ਇੱਕ ਰਾਤ ਹੀ ਰਹਿਣਾ ਹੈ। ਇਹ ਸਾਖੀ ਸਾਨੂੰ ਇਹ ਬਚਨ ਦੱਸਦੀ ਹੈ ਵੀ ਗੁਰੂ ਦੇ ਦਿੱਤੇ ਹੋਏ ਬਚਨ ਉੱਪਰ ਪਹਿਰਾ ਕਿਵੇਂ ਦੇਈਦਾ, ਬਚਨ ਕਿਵੇਂ ਕਮਾਈਦਾ। ਬਾਣੀ ਤਾਂ ਆਪਾਂ ਵੀ ਰੋਜ਼ ਪੜ੍ਹਦੇ ਹਾਂ, ਸੰਖ ਗੱਲ ਵੱਢ ਹੱਤਿਆ ਕਮਾਹੇ ਸੰਖ ਪਾਪੀ, ਇਹ ਸਵੇਰੇ ਹੀ ਮਹਾਰਾਜ ਚੇਤੇ ਕਰਾ ਦਿੰਦੇ ਨਾ ਜਪਜੀ ਸਾਹਿਬ ਦੇ ਵਿੱਚ, ਅਤੇ ਆਪਾਂ ਤਾਂ ਰੋਜ਼ ਹੀ ਗੱਲ ਵੱਢ ਹੱਤਿਆ ਕਮਾਉਂਦੇ ਪਏ ਅਤੇ ਰੋਜ਼ ਹੀ ਪਾਪ ਕਰਦੇ ਪਏ। ਅਸੰਖ ਗੱਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ, ਕੂੜਿਆਰ ਕਹਿੰਦੇ ਗੁਰਮੁਖੋ ਝੂਠਿਆਂ ਨੂੰ, ਝੂਠ ਬੋਲਣ ਵਾਲੇ। ਅਤੇ ਆਪਾਂ ਵੀ ਜੇ ਰੋਜ਼ ਬੋਲਦੇ ਪਏ ਹਾਂ ਨਾ ਮਹਾਰਾਜ, ਗਿਣਤੀ ਦੱਸਦੇ ਪਏ, ਫਿਰ ਬਚਨ ਕਮਾਇਆ ਤਾਂ ਨਹੀਂ ਨਾ, ਬਚਨ ਤਾਂ ਫਿਰ ਭਗੀਰਥ ਨੇ ਕਮਾਇਆ, ਉਹਨੇ ਆਖਿਆ ਇੱਕ ਰਾਤ ਤੋਂ ਬਾਅਦ ਦੂਜੀ ਨਹੀਂ ਰਹਿਣਾ ਗੁਰੂ ਦਾ ਬਚਨ, ਅਤੇ ਵੀ ਤਾਂ ਗੁਰੂ ਦਾ ਬਚਨ ਹੀ ਹੈ ਨਾ ਵੀ ਝੂਠ ਨਹੀਂ ਬੋਲਣਾ। ਸੰਖ ਕੂੜਿਆਰ ਕੂੜੇ ਫਿਰਾਹੇ, ਕਈ ਬੰਦੇ ਸੱਚ ਵੀ ਬੋਲੀ ਜਾਣ ਅਤੇ ਤਾਂ ਵੀ ਯਕੀਨ ਨਹੀਂ ਆਉਂਦਾ ਵੀ ਇਹ ਝੂਠ ਹੀ ਬੋਲਦਾ ਹੋਣਾ। ਉਹਨੇ ਆਪਣੇ ਆਪ ਦੀ ਤਸਵੀਰ ਇਹੋ ਜਿਹੀ ਬਣਾ ਲਈ ਹੈ ਸਮਾਜ ਦੇ ਵਿੱਚ, ਜਿਵੇਂ ਲੀਡਰ ਲੋਕ ਨੇ ਨਾ, ਉਹ ਭਾਵੇਂ ਜਿੰਨੀਆਂ ਮਰਜ਼ੀ ਸੋਹਾਂ ਖਾਧੀ ਜਾਣ ਵੀ ਅਸੀਂ ਸਰਕਾਰ ਬਣ ਗਈ ਅਤੇ ਇਹ ਕਰ ਦਿਆਂਗੇ ਉਹ ਕਰ ਦਿਆਂਗੇ, ਸਭ ਨੂੰ ਪਤਾ ਵੀ ਇਹਨਾਂ ਨੇ ਕਰਨਾ ਕੱਖ ਨਹੀਂ, ਭਾਵੇਂ ਉਹ ਕਰਨ ਵਾਲਾ ਵੀ ਹੋਵੇ ਤਾਂ ਵੀ ਯਕੀਨ ਨਹੀਂ ਆਉਂਦਾ। ਮਹਾਰਾਜ ਕਹਿਣ ਲੱਗੇ ਆਪਣਾ ਨਕਸ਼ਾ ਹੀ ਇਹੋ ਜਿਹਾ ਬਣਾ ਲਿਆ, ਤਸਵੀਰ ਇਹੋ ਜਿਹੀ ਬਣਾ ਲਈ ਹੈ ਵੀ ਦੁਨੀਆ ਯਕੀਨ ਨਹੀਂ ਕਰਦੀ। ਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼, ਮਲ ਕਹੀਏ ਮੈਲ ਖਾਣ ਵਾਲੇ, ਅਤੇ ਮੈਲ ਹੀ ਹੈ ਨਾ ਪਰਾਏ ਦੀ ਨਿੰਦਿਆ ਕਰਨੀ, ਚੁਗਲੀ ਕਰਨੀ, ਇਹ ਮੈਲ ਹੀ ਖਾਂਦੇ ਪਏ, ਧੋਂਦੇ ਹੀ ਪਏ ਨਾ ਮੈਲ ਅਗਲੇ। ਅਸੰਖ ਮਲੇਸ਼ ਮਲ ਭਾਖ ਖਾਹੇ ਅਸੰਖ ਨਿੰਦਕ ਸਿਰ ਕਰੇ ਹੈ, ਇਹ ਬਚਨ ਨਹੀਂ ਪੜਿਆ, ਸਾਰੀ ਜ਼ਿੰਦਗੀ ਹੋ ਗਈ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਪਾਠ ਕਰਦੇ ਹਾਂ, ਅਤੇ ਕੀ ਨਿੰਦਿਆ ਸਾਡੇ ਤੋਂ ਨਹੀਂ ਹੁੰਦੀ, ਅਸੀਂ ਤਾਂ ਹਰ ਵੇਲੇ ਕੰਨ ਜੋੜ ਲਈਦਾ ਇੱਕ ਦੂਜੇ ਦੇ ਮੂੰਹ ਦੇ ਕੋਲ ਲਿਜਾ ਕੇ ਵੀ ਲਿਆ ਇੱਧਰ
ਜਿਹੜਾ ਡਾਟਾ ਕਰ ਮੇਰੇ ਲਈ ਟਰਾਂਸਫਰ ਕਰ, ਮੈਂ ਇਹਨੂੰ ਲਵਾਂ ਲਿਆ ਨਿੰਦਿਆ ਕਰ। ਮੋਬਾਇਲ ਤੋਂ ਮੋਬਾਇਲ ਲੋਕ ਫੋਟੋਆਂ ਨਹੀਂ ਪਾ ਲੈਂਦੇ ਨਾਲ ਰੱਖ ਕੇ ਵੀ ਲਿਆਓ ਪਾਓ ਮੈਨੂੰ ਦਿਓ, ਅਤੇ ਇਹ ਵੀ ਤਾਂ ਅਸੀਂ ਉਹ ਕੁਝ ਕਰਦੇ ਪਏ ਨਾ ਕੰਨ ਨਾਲ ਮੂੰਹ ਜੋੜ ਕੇ ਵੀ ਲਿਆ ਮੈਨੂੰ ਦੇ ਨਿੰਦਿਆ ਦਾ ਵਜਨ, ਅਤੇ ਮੈਂ ਗਾਂਹ ਜਾ ਕੇ ਦੱਸ ਕੇ ਆਵਾਂ। ਨਾਰਦ ਵਾਲਾ ਕੰਮ ਨਹੀਂ ਕਰਦੇ, ਨਾਰਦ ਵੀ ਤਾਂ ਚੂਲੀ ਕਰਦਾ ਨੇ, ਇੱਧਰ ਦੀ ਗੱਲ ਉੱਧਰ ਦੀ, ਉੱਧਰ ਦੀ ਇੱਧਰ ਆ ਕੇ ਦੱਸਦਾ। ਅਸੰਖ ਨਿੰਦਕ ਸਿਰ ਕਰਹਿ, ਸਿਰ 'ਤੇ ਭਾਰ ਚੁੱਕਦੇ ਪਏ ਨਿੰਦਿਆ ਕਰ ਕਰਕੇ। ਅਤੇ ਮਹਾਰਾਜ ਨੇ ਆਖਿਆ ਬਹਾਦਰੀ ਵਾਲਾ ਕੰਮ ਕੋਈ ਨਹੀਂ ਹੈ। ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਇਹ ਨੀਚ ਬੰਦਿਆਂ ਦੀ ਹਰਕਤ ਦੱਸੀ ਹੈ ਵੀ ਨੀਚ ਜਿਹੜੇ ਲੋਕ ਹੁੰਦੇ ਉਹਨਾਂ ਦੀਆਂ ਆਹ ਕਰਤੂਤਾਂ ਹੁੰਦੀਆਂ। ਇਹ ਨੀਚ ਦੀ ਪਰਿਭਾਸ਼ਾ ਦੱਸੀ ਇਸ ਪੌੜੀ ਵਿੱਚ ਵੀ ਨੀਚ ਕਿਹਨੂੰ ਕਹਿੰਦੇ। ਨਾਨਕ ਨੀਚ ਕਹਿ ਵਿਚਾਰ, ਇਹ ਨੀਵਿਆਂ ਦੇ ਵਿਚਾਰ ਤੈਨੂੰ ਦੱਸੇ ਨੇ ਵੀ ਮਾੜੇ ਲੋਕ ਆਹ ਕੁਝ ਕਰਦੇ ਨੇ। ਵਚਨ 'ਤੇ ਘੁੰਮ ਕੇ ਫਿਰ ਉੱਥੇ ਹੀ ਆ ਗਿਆ ਨਾ ਵੀ ਕਰਦੇ ਤਾਂ ਆਪਾਂ ਵੀ ਪੈ, ਫਿਰ ਨੀਚ ਹੀ ਹੋਏ ਨਾ, ਊਚਤੇ ਨਾ ਹੋਏ। ਅਤੇ ਮਹਾਰਾਜ ਕਹਿਣ ਲੱਗੇ ਉੱਚੇ ਅਤੇ ਉੱਚਾ, ਮਿਲ ਕੇ ਆਖੀਏ ਉੱਚੇ ਅਤੇ ਉੱਚਾ। ਰੱਬ ਉੱਚਿਆਂ ਤੋਂ ਉੱਚਾ, ਰੱਬ ਨੂੰ ਮਿਲਣਾ ਅਤੇ ਆਪ ਨੂੰ ਵੀ ਤਾਂ ਉੱਚਾ ਹੋਣਾ ਪਵੇਗਾ। ਅਸੀਂ ਤਾਂ ਨੀਚ ਹੁੰਦੇ ਪਏ, ਨੀਵੇਂ ਜਾਂਦੇ ਪਏ, ਉਹ ਉੱਚਾ ਅਤੇ ਫਿਰ ਮਿਲੇਗਾ ਕਿਵੇਂ? ਜਾ ਕੇ ਨਹੀਂ ਨਾ ਮਿਲਿਆ ਜਾਣਾ, ਮਿਲਿਆ ਤਾਂ ਹੀ ਜਾਣਾ ਜੋ ਉਸ ਪਾਸੇ ਨੂੰ ਤੁਰਾਂਗਾ। ਸਾਡੇ ਨਾਲੋਂ ਤਾਂ ਬੱਚਾ ਸਿਆਣਾ ਹੈ, ਨਿੱਕਾ ਜਿਹਾ ਬੱਚਾ ਤੁਰਨਾ ਨਹੀਂ ਨਾ ਜਾਣਦਾ। ਉਹਨੂੰ ਖੜ੍ਹੇ ਹੋ ਕੇ ਕਿਤੇ ਆਪਣੇ ਹੱਥ ਉਹਦੇ ਵੱਲ ਕਰੋ ਵੀ ਲਿਆ ਤੈਨੂੰ ਚੁੱਕਾਂ, ਅਤੇ ਉਹ ਜਿੰਨਾ ਕੁ ਜ਼ੋਰ ਹੈ ਨਾ ਧਰਤੀ ਤੋਂ ਤਾਂ ਉਹ ਵੀ ਉੱਠਦਾ ਹੈ ਵੀ ਚੁੱਕ ਲਾ ਛੇਤੀ ਨਾਲ ਮੈਨੂੰ। ਬੱਚੇ ਨੂੰ ਅਕਲ ਹੈ ਵੀ ਉੱਚਾ ਹੋਵਾਂਗਾ ਅਤੇ ਤਾਂ ਹੀ ਇਹਨੇ ਮੈਨੂੰ ਫੜਨਾ। ਅਸੀਂ ਸਿਆਣੇ ਹਾਂ, ਸਾਨੂੰ ਤਾਂ ਇਹ ਵੀ ਅਕਲ ਨਹੀਂ ਆਈ ਵੀ ਉੱਚੇ ਉੱਠਾਂਗੇ ਅਤੇ ਰੱਬ ਨੇ ਵੀ ਤਾਂ ਬਾਂਹ ਅੱਗੋਂ ਤਾਂ ਹੀ ਫੜਨੀ, ਅਸੀਂ ਤਾਂ ਥੱਲੇ ਨੂੰ ਡਿੱਗਦੇ ਪਏ। ਮਹਾਰਾਜ ਕਹਿਣ ਲੱਗੇ ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਜੋ ਤੁਧ ਭਾਵੈ, ਤੂੰ ਸਦਾ ਸਲਾਮਤ। ਇਹ ਗੁਰਬਾਣੀ ਦੇ ਬਚਨ ਨੇ, ਸਿੱਧੇ ਸ਼ਬਦ ਸਾਨੂੰ ਸਮਝ ਪੈਂਦੇ, ਪਰ ਜੇ ਕਮਾ ਹੀ ਨਾ ਸਕੀਏ ਤਾਂ ਫਿਰ ਸਾਡੀ ਕਹਿ ਲਈਏ ਕਿਸਮਤ ਹੀ ਮਾੜੀ ਕਹਿ ਸਕਦੇ ਹਾਂ, ਹੋਰ ਕੁਝ ਨਹੀਂ। ਮਹਾਰਾਜ ਕਹਿੰਦੇ ਬਚਨ ਇਹ ਹੈ ਗੁਰਬਾਣੀ ਨੂੰ ਰੋਜ਼ ਪੜ੍ਹਨਾ ਹੈ, ਗੁਰਬਾਣੀ ਨੂੰ ਕਦੇ ਨਹੀਂ ਛੱਡਣਾ, ਗੁਰਬਾਣੀ ਨੂੰ ਪੜ੍ਹ ਕੇ ਫਿਰ ਮੰਨਣਾ ਵੀ ਹੈ। ਮੰਨੋਗੇ ਤਾਂ ਜੀਵਨ ਤਾਂ ਬਦਲਣਾ, ਜੇ ਮੰਨਿਆ ਨਹੀਂ ਤਾਂ ਜੀਵਨ ਨਹੀਂ ਬਦਲਣਾ ਹੈ। ਜਪਜੀ ਸਾਹਿਬ ਦਾ ਪਾਠ ਕਰਨਾ ਛੱਡਣਾ ਨਹੀਂ, ਪਰ ਨਾਲ ਨਾਲ ਉਹਦੀ ਕਮਾਈ ਕਰਨੀ ਹੈ ਵੀ ਅੱਜ ਮੈਂ ਆਹ ਬਚਨ ਕਮਾ ਲੈਣਾ, ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਬਦਲਣਾ ਹੈ, ਫਿਰ ਪ੍ਰਾਪਤੀ ਹੁੰਦੀ ਹੈ। ਦੱਸੋ ਗੁਰਨ ਜਿਮ ਕਰੇ ਵਿਲਾਸਾ, ਕਹਿ ਸ਼ਸਤਰਨ ਸਨ ਛਤਰ ਬਿਨਸ। ਦੂਜਾ ਬਚਨ ਮਹਾਰਾਜ ਨੇ ਆਖਿਆ ਵੀ ਸ਼ਸਤਰ ਕੋਲ ਰੱਖਣਾ ਹੈ ਅਤੇ ਸ਼ਸਤਰ ਨਾਲ ਆਪਣੇ ਆਪ ਦੀ ਰੱਖਿਆ ਕਰਨੀ ਹੈ। ਦੁਸ਼ਮਣ ਸਿਰ ਚੜ੍ਹ ਕੇ ਆ ਜਾਵੇ ਅਤੇ ਫਿਰ ਸ਼ਸਤਰ ਚਲਾਉਣਾ ਵੀ ਹੈ ਦੁਸ਼ਮਣ ਨੂੰ ਮਾਰਨ ਵਾਸਤੇ। ਸ਼ਸਤਰ ਦਾ ਕਦੇ ਵਸਾਹ ਨਹੀਂ ਖਾਣਾ। ਜੇ ਤੁਹਾਡੀ ਕਿਸੇ ਨੇ ਪੱਗ ਲਾ ਲਈ, ਤੁਹਾਨੂੰ ਦਾੜੀ ਤੋਂ ਫਾ ਲਿਆ, ਤਾਂ ਤੁਹਾਡੇ ਕੋਲ ਹੈ ਹੀ ਕੱਖ ਨਹੀਂ ਆਪਣੇ ਬਚਾਅ ਵਾਸਤੇ। ਮੁੜ ਕੇ ਰੋਂਦੇ ਫਿਰੋ ਵੀ ਆਓ ਧਰਨਾ ਲਾਈਏ ਅਤੇ ਮੇਰੀ ਮਦਦ ਕਰੋ। ਜੇ ਗੁਰੂ ਦਾ ਬਚਨ ਕਮਾਇਆ ਹੋਵੇ, ਬਚਨ ਮੰਨਿਆ ਹੋਵੇ, ਆਪਣੇ ਆਪ ਦੀ ਰੱਖਿਆ ਤਾਂ ਕਰ ਸਕੇ ਨਾ, ਪਰ ਰੱਖਿਆ ਤਾਂ ਤਾਂ ਹੋਵੇ ਨਾ ਜੇ ਬਚਨ ਮੰਨਿਆ ਹੋਵੇ। ਮਹਾਰਾਜ ਨੇ ਆਖਿਆ ਸ਼ਸਤਰਾਂ ਦਾ ਕਦੇ ਅਭਿਆਸ ਨਹੀਂ ਛੱਡਣਾ ਅਤੇ ਕਦੇ ਵਸਾਹ ਨਹੀਂ ਕਰਨਾ, ਹਥਿਆਰ ਆਪਣੇ ਕੋਲ ਹਰ ਵੇਲੇ। ਇਹ ਸ੍ਰੀ ਸਾਹਿਬ ਮਹਾਰਾਜ ਨੇ ਸਾਨੂੰ ਜਦੋਂ ਪੰਜ ਕਕਾਰ ਬਖਸ਼ੇ ਨੇ, ਵਿੱਚ ਹੀ ਇਹ ਦਾਤ ਬਖਸ਼ੀ ਹੈ। ਸ਼ਸਤਰਾਂ ਦਾ ਕਦੇ ਅਭਿਆਸ ਨਹੀਂ ਛੱਡਣਾ ਅਤੇ ਕਦੇ ਵਸਾਹ ਨਹੀਂ ਖਾਣਾ ਹੈ। ਇਹ ਔਖੇ ਵੇਲੇ 'ਤੇ ਤੁਹਾਡੀ ਰੱਖਿਆ ਕਰਨ ਵਾਸਤੇ ਇਸੇ ਨਹੀਂ ਕੰਮ ਆਉਣਾ ਹੈ। ਇਹ ਮਹਾਰਾਜ ਨੇ ਸਾਨੂੰ ਬਚਨ ਸਮਝਾਇਆ। ਕਈ ਵਾਰੀ ਕੁਝ ਪੜ੍ਹੇ ਲਿਖੇ ਲੋਕ ਇਹ ਵਿਚਾਰ ਦੇ ਦਿੰਦੇ ਵੀ ਅੱਜ ਲੋੜ ਨਹੀਂ ਹੈ, ਸ੍ਰੀ ਸਾਹਿਬ ਦੀ ਕੀ ਲੋੜ ਹੈ, ਮੈਂ ਭਾਰ ਚੁੱਕਿਆ ਗਲ ਵਿੱਚ ਪਾਇਆ, ਅੱਜ ਤਾਂ ਟੈਂਕ ਬਣ ਗਿਆ, ਜਹਾਜ਼ ਬਣ ਗਿਆ, ਤੋਪਾਂ ਬਣ ਗਈਆਂ, ਪਰ ਕਦੇ ਵੇਖਿਆ ਵੀ ਸਾਡੇ ਵਾਸਤੇ ਥੋੜ੍ਹੀ ਟੈਂਕ ਕਿਸੇ ਨੇ ਲੈ ਕੇ ਆ ਜਾਣਾ ਵੀ ਫਲਾਣੀ ਥਾਂ 'ਤੇ ਫਲਾਣੇ ਬੰਦੇ ਨੂੰ ਕੋਈ ਚਪੇੜ ਮਾਰ ਗਿਆ ਅਤੇ ਚਲੋ ਟੈਂਕ ਲੈ ਕੇ ਚੱਲੀਏ, ਕੋਈ ਆਵੇਗਾ ਟੈਂਕ ਲੈ ਕੇ ਸਾਡੇ ਵਾਸਤੇ, ਕੋਈ ਹਵਾਈ ਜਹਾਜ਼ ਲੈ ਕੇ ਆਵੇਗਾ ਵੀ ਫਲਾਣੇ ਬੰਦੇ ਦਾ ਨੁਕਸਾਨ ਹੋ ਗਿਆ? ਨਹੀਂ, ਉਹ ਟੈਂਕ ਜਹਾਜ਼ ਤੋਪਾਂ ਅਤੇ ਦੇਸ਼ ਦੇ ਵਾਸਤੇ ਨੇ। ਜਦੋਂ ਇੱਕ ਦੇਸ਼ ਦੂਜੇ 'ਤੇ ਚੜ੍ਹਾਈ ਕਰੇਗਾ ਉੱਥੇ ਵਰਤਦੇ, ਕਿਸੇ ਆਮ ਬੰਦੇ ਨਿੱਜੀ ਵਾਸਤੇ ਨਹੀਂ ਉਹ ਚੀਜ਼ਾਂ ਵਰਤੀਆਂ ਜਾਂਦੀਆਂ। ਅਤੇ ਕੁਝ ਲੋਕ ਆਖਦੇ ਵੀ ਕਾਨੂੰਨ ਬਣਿਆ ਹੋਇਆ, ਕਾਨੂੰਨ ਤਾਂ ਤਗੜੇ ਦਾ, ਜਿਹਦੇ ਜੀਵ 'ਚ ਪੈਸਾ ਉਹਦਾ ਹੀ ਸਾਰਾ ਕੁਝ ਹੈ, ਜੋ ਮਰਜ਼ੀ ਝੂਠੇ ਨੂੰ ਸੱਚਾ ਅਤੇ ਸੱਚੇ ਨੂੰ ਝੂਠਾ ਕਰ ਲਓ, ਬਣ ਜਾਂਦਾ, ਕੋਈ ਨਹੀਂ ਕਿਸੇ ਦੀ ਰੱਖਿਆ ਕਰਦਾ। ਰੱਖਿਆ ਤਾਂ
उस वेले तुसीं अपनी आप ही करनी, इस करके शस्त्रां दा अभ्यास करना ते शस्त्र कोल रखना है, महाराज दा हुक्म है। दसो गुरु ना जम करे बिलासा। दस गुरु पातशाह ने वखरे वखरे कौतक कीते। गुरु नानक देव पातशाह महाराज पैदल यात्रा करते रहे, चार उदासियां कीतियां, वखरे वखरे धर्म के लोगों नू जाके मिले, वखो वखरी बोली दे विच महाराज ने बोल के उपदेश दिता। सारियां थावां ते गए, कोई एहो जी जगह नहीं भी जिथे गुरु नानक देव पातशाह ने ईरान इराक तक महाराज जा पहुँचे ते जाके उपदेश दे दे के भला कीता है। कदे महाराज बंगाल ढाके पहुँच जाते, कदे आसाम पहुँच जाते, कदे कश्मीर दे विच आप जाके चरण पाउंदे, किहड़ी इहो जी जगह, कदे तिब्बत विच पहुँच जाते, नेपाल विच पहुँच जाते, बड़ियां थावां ते श्रीलंका विच महाराज जाके पहुँचे। ये गुरु नानक साहब ने बड़े कौतक किए। गुरु अंगद साहब ने भी अपने जीवन दे विच बड़े बड़े बड़मुले बचन सानू समझाए। जपजी साहब की बाणी तुसी नितनेम दे विच पढ़ते हो, जपजी साहब की बाणी नू बनाउण वाले गुरु अंगद देव पातशाह। बाणी रची जरूर है गुरु नानक साहब पातशाह ने, पर पौड़ियां की तरतीब जिहड़ी बनाई ना, भी किहड़ी पौड़ी पहली है ते किहड़ी दूजी है, किहड़ी तीजी है, किहड़ी चौथी है, ये तरतीब बनाने वाले गुरु अंगद देव पातशाह महाराज जी। गुरु अमरदास महाराज ने बौली साहब तैयार करके साडा भला किया। गुरु रामदास पातशाह ने श्री हरिमंदर साहब नूं तैयार करवाया, लावा बाणी नूं रचिया। गुरु अर्जन देव पातशाह ने गुरु ग्रंथ साहब के सरूप नूं तैयार किया, तवी तत्ती ते बैठे आप जाके। गुरु हरगोबिंद पातशाह महाराज जी ने कई तरह के जंग किए। गुरु हर राय पातशाह ने बड़ा सोहना 9 लाख बाग ला के ते संगतां दे भले वास्ते जड़ियां बूटियां तैयार करके ते उपदेश दिते। गुरु हरकृष्ण महाराज जी ने चेचक दी बीमारी वर्गियां भयानक बीमारियां नूं अपने तन ते लै के संगत दा भला कीता। गुरु तेग बहादुर महाराज जी ने अपना सीस बलिदान दे के ते डुबदे धर्म दी रखिया कीती। गुरु गोबिंद सिंह पातशाह महाराज साहब जी ने पंजां दे सीस लै के अमर दीआं दातां दे के संपूर्ण खालसा बनाया। ये दस गुरु साहबान के जीवन कौतक ने, भी ये जीवन कौतक महाराज ने किते। अपनी जिंदगी दे विच महाराज के जीवन कौतकों नूं याद करना भी महाराज इस तरह कृपा कर दे, इस तरह कृपा कर दे, ये बचन महाराज के चेते रखने हन। सुनो प्रेम तर सब इतिहासा। गुरु पातशाह का इतिहास सरवण करना प्रेम के नाल। 52 हुक्म श्री हजूर साहब की धरती से महाराज ने आखे सन गुरु गोबिंद सिंह पातशाह ने, तुहानू आम गुरुद्वारिआं दे विच लिखे हुए मिल जाणगे भी आ 52 हुक्म ने महाराज दे, ते हुक्म मनना हुंदा, हुक्म जिहड़ा है ना मनना हुंदा, मनना पैंदा है। उन्हां 52 हुक्मां दे विच हुक्म महाराज ने यह कीता सी भी गुरु की संगत विच बैठ के गुरु का इतिहास सुनना, कथा सुननी, कीर्तन सुनना, यह महाराज का हुक्म है। तो गुरमुखो वो हुक्म सानू मनना पवेगा, इतिहास सुनांगे तो अगे सुनावांगे, बाणी सुनांगे तो अगे पढ़ावांगे। इस करके इन्हां बचनां दा ध्यान रखना। दस गुरु साहबान ने कित्थे की कीता है, ये प्रेम दे नाल सुनना, भावना दे नाल भी मेरा गुरु ये कौतक करदा है, तो फिर उस उपदेश की कमाई करनी, तो उपदाई कमाई करके अगे भी दसना। तुसीं कथा सुनने वास्ते आउंदे हो ना, कथा सुन के याद रखिया करो, अगे जा के सुनाया करो। जदों किते साथ विच बैठदे ना, जा के चार बंदियां दे विच बहना पवे, बीबियां बैठदियां जा के किते गल्लां बातां करदियां, उस वेले ये जिहड़े बचन इतिहास दे सरवण कीते अगे जा के सुनाउणे भी, अज आ साखी सरवण कीती है, अज आ इतिहास सरवण कीता, अपनी जानकारी ते वधे, अगले नूं भी गुरु दे लड़ लाउणा। ਜਦੋਂ ਆਪਾਂ ਕਿਤੇ ਬੈਠ ਕੇ ਗੁਰੂ ਦੀ ਗੱਲ ਕਰਦੇ ਹਾਂ, ਉਹ ਸਾਡਾ ਸਮਾਂ ਸਫਲਾ ਹੋ ਜਾਂਦਾ। ਆਪਾਂ ਆਮ ਬੈਠਾਂਗੇ ਨਾ, ਕਿਤੇ ਕੋਈ ਤਾਸ਼ ਖੇਡਦਾ ਪਿਆ, ਕੋਈ ਗੱਲਾਂ ਕਰਦਾ ਪਿਆ, ਉਹ ਤਾਂ ਸਮਾਂ ਸਾਡਾ ਬਰਬਾਦ ਹੁੰਦਾ ਪਿਆ, ਉਹਦੇ ਵਿੱਚੋਂ ਕੁਝ ਨਹੀਂ ਮਿਲਣਾ। ਪਰ ਜਿੱਥੇ ਬੈਠ ਕੇ ਅਸੀਂ ਗੁਰੂ ਦੀ ਗੱਲ ਕਰ ਲਈ ਨਾ, ਵੀ ਆਹ ਗੁਰਬਾਣੀ ਵਿੱਚ ਆਹ ਲਿਖਿਆ, ਇਤਿਹਾਸ ਵਿੱਚ ਇਸ ਤਰ੍ਹਾਂ ਅੱਜ ਸੁਣਿਆ, ਉਹ ਸਮਾਂ ਸਫਲਾ ਹੋ ਜਾਣਾ। ਇਹ ਹੁਣ ਸਾਡੀ ਮਰਜ਼ੀ ਹੈ ਵੀ ਉਹਨੂੰ ਸਫਲਾ ਕਰਨਾ, ਕਿਉਂਕਿ ਪੂੰਜੀ ਸਾਡੇ ਕੋਲ ਹੋਵੇ, ਰੁਪਈਆ ਸਾਡੀ ਜੇਬ 'ਚ ਹੈ ਨਾ, ਅਤੇ ਸਾਡੀ ਮਰਜ਼ੀ ਹੈ ਵੀ ਉਹਨੂੰ ਕਿੱਥੇ ਮਰਜ਼ੀ ਖਰਚੀਏ, ਇਹ ਸਮਾਂ ਵੀ ਸਾਡੀ ਪੂੰਜੀ ਹੈ, ਇਹ ਸਾਡੀ ਮਰਜ਼ੀ ਹੈ ਵੀ ਉਹਨੂੰ ਖਰਚਣਾ ਕਿੱਥੇ, ਚੰਗੇ ਪਾਸੇ ਲਾਉਣਾ ਕਿ ਮਾੜੇ ਪਾਸੇ ਲਾਉਣਾ। ਗੁਰੂ ਨਾਨਕ ਦੇ ਪਾਤਸ਼ਾਹ 20 ਰੁਪਈਏ ਲੈ ਕੇ ਸੱਚਾ ਸੌਦਾ ਕਰਨ ਵਾਸਤੇ ਤੁਰੇ, ਅਤੇ ਸਾਧੂਆਂ ਨੂੰ ਵੇਖ ਕੇ ਨਾ ਮਹਾਰਾਜ ਨੇ ਆਖਿਆ, ਭਾਈ ਬਾਲਾ ਜੀ ਨਾਲ ਸੀ ਗੁਰੂ ਨਾਨਕ ਦੇ ਪਾਤਸ਼ਾਹ,
ਤੇ ਉਮਰਾਂ ਦੇ ਵਿੱਚ 3 ਸਾਲ ਵੱਡੇ ਨੇ ਭਾਈ ਬਾਲਾ ਜੀ ਤੇ ਗੁਰੂ ਨਾਨਕ ਦੇਵ ਪਾਤਸ਼ਾਹ 3 ਸਾਲ ਛੋਟੇ ਨੇ। ਵੱਡੇ ਨੇ ਤੇ ਬਾਬਾ ਕਲਿਆਣ ਚੰਦ ਜੀ ਜੋ ਸਤਿਗੁਰਾਂ ਦੇ ਪਿਤਾ ਨੇ ਨਾ, ਉਹਨਾਂ ਨੇ ਭੇਜਿਆ ਵੀ ਇੱਕ ਤਾਂ ਤੁਸੀਂ ਦੋਵੇਂ ਸਾਥੀ ਹੋ, ਦੂਜੀ ਗੱਲ ਵੀ ਤੂੰ 3 ਸਾਲ ਵੱਡਾ, ਤੈਨੂੰ ਜ਼ਿਆਦਾ ਸੋਝੀ ਹੈ ਸੰਸਾਰ ਦੀ, ਅਤੇ ਚੰਗੀ ਸਲਾਹ ਦੇ ਕੇ ਮੇਰੇ ਪੁੱਤਰ ਨੂੰ ਵਧੀਆ ਜਿਹਾ ਸੌਦਾ ਕਰਕੇ ਲਿਆ। ਜਦੋਂ ਚੱਲੇ ਤਾਂ ਰਸਤੇ ਵਿੱਚ ਸਾਧੂ ਭੁੱਖਿਆਂ ਨੂੰ ਵੇਖ ਕੇ ਨਾ, ਉਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਾ ਜੀ ਸਾਨੂੰ ਲੱਗਦਾ ਵੀ ਇਹਦੇ ਨਾਲੋਂ ਚੰਗਾ ਸੌਦਾ ਕੋਈ ਨਹੀਂ ਹੋ ਸਕਦਾ, ਵਪਾਰ ਇਹਦੇ ਨਾਲੋਂ ਚੰਗਾ ਕੋਈ ਨਹੀਂ ਹੈ। ਭੁੱਖਿਆਂ ਦੇ ਮੂੰਹ ਦੇ ਵਿੱਚ ਰੱਬ ਦੇ ਨਾਮ ਜਪਣ ਵਾਲਿਆਂ ਦੇ ਮੂੰਹ ਦੇ ਵਿੱਚ ਅੰਨ ਦਾ ਦਾਣਾ ਪਾਉਣਾ। ਅਸੀਂ ਇਹ ਗੱਲ ਜ਼ਰੂਰ ਕਰਦੇ ਹਾਂ ਕਿ ਮਹਾਰਾਜ ਨੇ ਭੁੱਖਿਆਂ ਨੂੰ ਲੰਗਰ ਛਕਾਇਆ, ਪਰ ਗੁਰੂ ਨਾਨਕ ਸਾਹਿਬ ਨੇ ਭੁੱਖੇ ਵਿਹਲਿਆਂ ਨੂੰ ਲੰਗਰ ਨਹੀਂ ਛਕਾਇਆ। ਲੰਗਰ ਵੀ ਉਹਨਾਂ ਨੂੰ ਛਕਾਇਆ ਭੁੱਖੇ ਨੇ, ਪਰ ਨਾਲ ਨਾਮ ਜਪਦੇ ਪਏ। ਇਕੱਲੇ ਭੁੱਖੇ ਤਾਂ ਬੜੇ ਨੇ ਦੁਨੀਆਂ ਵਿੱਚ, ਉਹਨਾਂ ਨੂੰ ਕਿ ਨਹੀਂ ਕਿਹਾ ਵੀ ਆਓ ਅਸੀਂ ਲੰਗਰ ਲਾਇਆ ਅਤੇ ਤੁਸੀਂ ਇਕੱਲੇ ਭੁੱਖੇ ਰਹਿੰਦੇ ਹੋ ਅਤੇ ਲਿਆਓ ਤੁਹਾਨੂੰ ਰੋਟੀ ਖਵਾਈਏ, ਪ੍ਰਸ਼ਾਦਾ ਛਕਾਇਆ ਹੈ ਅਤੇ ਉਹਨਾਂ ਭੁੱਖਿਆਂ ਨੂੰ ਛਕਾਇਆ ਜਿਹੜੇ ਨਾਮ ਜਪਦੇ ਪਏ। ਅੱਜ ਸਾਡੇ ਵਿੱਚ ਮਾਰ ਹੈ, ਸਾਡੇ ਵਿੱਚ ਥੋੜ੍ਹ ਹੈ ਵੀ ਅਸੀਂ ਨਾਮ ਜਪਣ ਵਾਲਿਆਂ ਨੂੰ ਤਾਂ ਹੋ ਸਕਦਾ ਪ੍ਰਸ਼ਾਦਾ ਭਾਵੇਂ ਨਾ ਪੁੱਛੀਏ, ਪਰ ਜਿਹੜੇ ਦੂਜੇ ਤੀਜੇ ਨੇ ਨਾ ਉਹਨਾਂ ਨੂੰ ਛਕਾਉਂਦੇ ਆ, ਤਾਂ ਮੁੜ ਕੇ ਉਹੀ ਸਾਡੇ ਗੁਰਦੁਆਰਿਆਂ 'ਤੇ ਚੜ੍ਹ ਕੇ ਆ ਜਾਂਦੇ ਡੰਡਾ ਸੋਟਾ ਲੈ ਕੇ, ਅਤੇ ਫਿਰ ਅਸੀਂ ਚੀਕਾਂ ਮਾਰਦੇ ਵੀ ਹਾਏ ਸਾਡੇ ਨਾਲ ਮਾਰਨ ਆ ਗਿਆ ਸਨ, ਅਤੇ ਪਾਲਿਆ ਵੀ ਤਾਂ ਪਹਿਲਾਂ ਆਪਾਂ ਹੀ ਹੈ ਨਾ। ਗੁਰੂ ਨਾਨਕ ਸਾਹਿਬ ਦੀ ਸਿੱਖਿਆ ਲੰਗਰ ਛਕਾਇਆ ਹੈ, ਪਰ ਛਕਾਇਆ ਉਹਨਾਂ ਨੇ ਨਾਮ ਜਪਣ ਵਾਲਿਆਂ ਨੂੰ ਆ, ਭੁੱਖਿਆਂ ਨੂੰ ਛਕਾ ਕੇ ਇਹ ਨਹੀਂ ਆਖਿਆ ਵੀ ਤਗੜੇ ਹੋ ਗਏ ਸਾਡੇ ਗੱਲ ਪੈ ਜਾਓ ਆ ਕੇ। ਅੱਜ ਅਸੀਂ ਉਹ ਵਚਨ ਨੂੰ ਭੁੱਲ ਜਾਂਦੇ ਹਾਂ ਨਾ, ਇਤਿਹਾਸ ਕੀ ਕਹਿੰਦਾ ਹੈ, ਸਾਖੀ ਕੀ ਕਹਿੰਦੀ, ਉਪਦੇਸ਼ ਕੀ ਹੈ, ਉਹਨੂੰ ਬੜੀ ਛੇਤੀ ਭੁੱਲ ਜਾਈਦਾ ਹੈ। ਮਹਾਰਾਜ ਕਹਿਣ ਲੱਗੇ ਵਚਨ ਇਹ ਹੈ ਗੁਰਮੁਖੋ ਵੀ ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਲੰਗਰ ਲਾਉਣ ਵਾਸਤੇ ਆਖਿਆ ਨਾ ਵੀ ਭਾਈ ਬਾਲਾ ਜੀ ਇਹਦੇ ਨਾਲੋਂ ਚੰਗਾ ਵਪਾਰ ਕੋਈ ਨਹੀਂ ਹੋ ਸਕਦਾ, ਅਤੇ ਉੱਥੇ ਭਾਈ ਬਾਲਾ ਜੀ ਨੇ ਕੀ ਆਖਿਆ, ਭਾਈ ਬਾਲਾ ਜੀ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਮਹਾਰਾਜ ਰੁਪਈਏ ਤੁਹਾਡੇ ਅਤੇ ਕੰਮ ਤੁਹਾਡਾ, ਮੈਂ ਤਾਂ ਨਾਲ ਆਇਆ ਕੇਵਲ ਤੁਹਾਡੇ, ਵੀ ਤੁਹਾਡੇ ਪਿਤਾ ਨੇ ਭੇਜਿਆ, ਤੁਹਾਡੀ ਮਰਜ਼ੀ ਹੈ ਇਹਨੂੰ ਜਿੱਥੇ ਮਰਜ਼ੀ ਖਰਚੋ, ਪਰ ਇਹਦਾ ਜਵਾਬ ਤੁਹਾਨੂੰ ਦੇਣਾ ਪੈਣਾ, ਮੈਂ ਨਹੀਂ ਇਹਦਾ ਜਵਾਬ ਦੇਣਾ। ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਵੀ ਕੋਈ ਗੱਲ ਨਹੀਂ, ਜਵਾਬ ਵੀ ਦੇਵਾਂਗੇ, ਅਤੇ ਲੰਗਰ ਛਕਾਇਆ। ਇਹ ਸਾਖੀ ਤੋਂ ਇਹ ਸਿੱਖਿਆ ਹੈ ਸਾਡੀ ਰਕਮ ਦੇ ਜ਼ਿੰਮੇਵਾਰ ਆਪਾਂ ਹਾਂ, ਕਿੱਥੇ ਲਾਉਣਾ, ਚੰਗੇ ਪਾਸੇ ਲਾਉਣਾ ਕਿ ਮਾੜੇ ਪਾਸੇ, ਗੁਰੂ ਨਾਨਕ ਸਾਹਿਬ ਦੀ ਮਰਜ਼ੀ ਸੀ। ਨਾ ਤਾਂ ਭਾਈ ਬਾਲਾ ਜੀ ਨੇ ਆਖਿਆ ਵੀ ਲਾਓ, ਅਤੇ ਨਾ ਕਿਹਾ ਵੀ ਨਾ ਲਾਓ, ਕਹਿੰਦੇ ਜੀ ਤੁਹਾਡੀ ਇਹ ਰਕਮ ਹੈ ਤੁਸੀਂ ਜਿੱਥੇ ਮਰਜ਼ੀ ਖਰਚੋ। ਲੰਗਰ ਛਕਾ ਕੇ ਵਾਪਸ ਆਏ, ਮਹਾਰਾਜ ਤਾਂ ਨਹੀਂ ਘਰ ਆਏ, ਬਾਹਰ ਹੀ ਬੈਠ ਗਿਆ ਵੀ ਪਿਤਾ ਜੀ ਦਾ ਸੁਭਾਅ ਗਰਮ ਹੈ, ਝਿੜਕਾਂ ਦੇਣਗੇ, ਚਲੋ ਜਿੰਨਾ ਟਾਈਮ ਲੰਘਦਾ ਨੰਘਾਈਏ ਪਾਸੇ ਆਸੇ ਹੋ ਗਏ। ਅਤੇ ਬਾਬਾ ਬਾਲਾ ਜੀ ਨੂੰ ਵੇਖ ਕੇ ਉਸ ਵੇਲੇ ਪੁੱਛਿਆ ਸੀ ਬਾਬਾ ਕਲਿਆਣ ਜੀ ਨੇ ਵੀ ਇਹ ਸਾਡਾ ਪੁੱਤਰ ਕਿੱਥੇ ਹੈ, ਅਤੇ ਆਖਿਆ ਵੀ ਉਹ ਤਾਂ ਛੱਪੜ ਦੇ ਕਿਨਾਰੇ ਬੈਠਾ। ਅਤੇ ਪੁੱਛਿਆ ਕਹਿੰਦੇ ਵਪਾਰ, ਕਹਿੰਦੇ ਵਪਾਰ ਨਹੀਂ ਵੀ ਉਹ ਤਾਂ ਸਾਧੂ ਸੰਤਾਂ ਨੂੰ ਛਕਾ ਤੇ ਰੁਪਈਏ ਉਹਨਾਂ ਨੇ। ਅਤੇ ਬਾਬਾ ਕਲਿਆਣ ਚੰਦ ਜੀ ਕਹਿੰਦੇ ਵੀ ਤੁਸੀਂ ਰੁਕਿਆ ਨਹੀਂ, ਤੁਸੀਂ ਵੱਡੇ ਸੀ ਸਲਾਹ ਦਿੰਦੇ। ਉਹਦਾ ਕਹਿਣ ਲੱਗੇ ਕਹਿੰਦੇ ਵੀ ਬਾਬਾ ਕਲਿਆਣ ਜੀ ਰਕਮ ਉਹਨਾਂ ਦੀ ਹੈ, ਉਹਨਾਂ ਦੀ ਮਰਜ਼ੀ ਜਿੱਥੇ ਮਰਜ਼ੀ ਲਾ ਲੈਂਦੇ, ਮੈਂ ਕਿਵੇਂ ਰੋਕ ਸਕਦਾ। ਇਹ ਸਾਖੀ ਜਿਹੜੀ ਹੈ ਨਾ, ਸਿੱਖਿਆ ਇਹ ਹੈ ਵੀ ਜੇ ਸਾਡੇ ਸਾਹ ਨੇ ਨਾ ਉਹ ਸਾਡੇ ਆਪਣੇ ਨੇ, ਸਮਾਂ ਹੈ ਉਹ ਸਾਡਾ ਆਪਣਾ, ਸਾਡੀ ਮਰਜ਼ੀ ਹੈ ਵੀ ਗੁਰੂ ਦੀ ਗੱਲ ਕਰਕੇ ਉਹਨੂੰ ਸਫਲਾ ਕਰੀਏ, ਜਾਂ ਸਾਡੀ ਮਰਜ਼ੀ ਹੈ ਵੀ ਦੁਨਿਆਵੀ ਗੱਲਾਂ ਕਰਕੇ ਅਤੇ ਉਸਨੂੰ ਬਰਬਾਦ ਕਰ ਲਈਏ, ਇਹਨੂੰ ਅਸੀਂ ਆਪੇ ਹੀ ਸਫਲਾ ਕਰਨਾ, ਆਪੇ ਹੀ ਇਹਨੂੰ ਖਰਾਬ ਕਰਨਾ। ਮਹਾਰਾਜ ਕਹਿਣ ਲੱਗੇ ਵਚਨ ਇਹ ਹੈ ਵੀ 10 ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਬੜੇ ਕਾਰਜ ਕੀਤੇ, ਉਹ ਜਿਹੜੇ ਕਾਰਜ ਨੇ ਉਹ ਇਤਿਹਾਸ ਵਿੱਚ ਕਥਾ ਹੋਵੇ, ਗੁਰਬਾਣੀ ਦੀ ਕਥਾ ਹੋਵੇ, ਕੀਰਤਨ ਹੋਵੇ, ਉੱਥੇ ਬੈਠ ਕੇ ਪ੍ਰੇਮ ਨਾਲ ਨੇਮ ਨਾਲ ਸੁਣਿਆ ਕਰੋ, ਫਿਰ ਸੁਣ ਕੇ ਉਹਨੂੰ ਅੱਗੇ ਸੁਣਾਇਆ ਕਰੋ ਜਾ ਕੇ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ, ਜਿਹੜਾ ਵੀ ਕੋਈ ਆ ਕੇ ਬੈਠੇ। ਇਸ ਤਰ੍ਹਾਂ ਇਹ ਵੀ ਗੁਰਬਾਣੀ ਦਾ ਪ੍ਰਚਾਰ ਹੈ। ਗੁਰੂ ਅਮਰਦਾਸ ਪਾਤਸ਼ਾਹ ਦੀ ਸਿੱਖਿਆ 22 ਮੰਜੀਆਂ ਅਤੇ 72 ਪੀੜੇ ਮਹਾਰਾਜ ਨੇ ਦਿੱਤੇ, ਕਾਹਦੇ ਵਾਸਤੇ, ਸਿੱਖੀ ਦੇ ਪ੍ਰਚਾਰ ਵਾਸਤੇ। ਅਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਬੀਬੀਆਂ 72 ਅਤੇ ਸਿੰਘ ਸਿੱਖ 22, ਗਿਣਤੀ ਅੱਧ ਵਿੱਚ ਵੀ ਨਹੀਂ ਲੈ ਕੇ ਗਏ, ਅੱਧੇ ਤਾਂ ਚਲੋ ਸਿੱਖ ਕਰ ਦਿੰਦੇ ਨੇ, ਬੀਬੀਆਂ ਨੂੰ ਤੁਸੀਂ 72 ਦੀ ਗਿਣਤੀ, 72 ਪੀੜੇ ਦਿੱਤੇ ਸਿੱਖੀ ਦੇ ਪ੍ਰਚਾਰ ਵਾਸਤੇ, ਅਤੇ ਸਿੰਘਾਂ ਨੂੰ 22 ਮੰਜੀਆਂ। ਮਹਾਰਾਜ ਨੇ ਆਖਿਆ ਸੀ ਅਸੀਂ ਬੀਬੀਆਂ ਨੂੰ 72 ਪੀੜੇ ਤਾਂ ਵੱਧ ਬਖਸ਼ੇ ਨੇ
क्योंकि बीबियां जिहड़ियां ने एक दूजे नाल झट ही मिल जुल जांदियां ते गल्लां बातां करन दा बड़ा इहनां कोल तरीका हुंदा ते छेती नाल प्रेर लैंदियां अगले नूं। ਇਹ ਗੁਰੂ ਨਾਨਕ ਦੇ ਘਰ ਦੀ ਗੱਲ ਸੁਣਾਉਣਗੀਆਂ ਅਤੇ ਦੂਜੇ ਨੂੰ ਵੀ ਪ੍ਰੇਰ ਕੇ ਗੁਰੂ ਨਾਨਕ ਦੇ ਘਰ ਨਾਲ ਜੋੜ ਦੇਣਗੀਆਂ। ਇਹ ਆਪ ਵੀ ਬਾਣੀ ਪੜ੍ਹਨਗੀਆਂ ਅਤੇ ਦੂਜਿਆਂ ਨੂੰ ਵੀ ਪ੍ਰੇਰ ਕੇ ਬਾਣੀ ਪੜ੍ਹਾਉਣਗੀਆਂ। ਇਹਨਾਂ ਨੇ ਛੇਤੀ ਪ੍ਰਚਾਰ ਕਰਨਾ ਹੈ, ਛੇਤੀ ਸੰਗਤ ਮਿਲ ਜਾਂਦੀ ਹੈ, ਛੇਤੀ ਇਹ ਬੈਠ ਕੇ ਦੁੱਖ ਸੁੱਖ ਕਰ ਲੈਂਦੀਆਂ ਅਤੇ ਉੱਥੇ ਗੁਰੂ ਦਾ ਬਚਨ ਸੁਣਾ ਕੇ ਅਤੇ ਗੁਰੂ ਨਾਲ ਜੋੜ ਦੇਣਗੀਆਂ। ਇਹ ਤਾਂ ਗਿਣਤੀ ਵਧਾਈ ਹੈ ਮਹਾਰਾਜ ਨੇ, ਤਾਂ ਗਿਣਤੀ ਤਾਂ ਵੱਧ ਰੱਖੀ ਹੈ ਵੀ ਬਾਣੀ ਪੜ੍ਹੋ ਅਤੇ ਪੜ੍ਹਾਓ, ਸੁਣੋ ਅਤੇ ਸੁਣਾਓ ਅਤੇ ਗੁਰੂ ਨਾਲ ਜੁੜੋ। ਪਰ ਅੱਜ ਕੱਲ੍ਹ ਉਹ ਹੁੰਦਾ ਕੁਝ ਨਹੀਂ ਹੈ, ਹੋਰ ਪਾਸੇ ਚੱਲ ਪੈਂਦਾ। ਰੋਹ ਵਿਚਾਰ ਇਹ ਹੈ ਵੀ ਮਹਾਰਾਜ ਕਹਿੰਦੇ ਭਾਈ ਗੁਰੂਆਂ ਦਾ ਬਚਨ ਇਤਿਹਾਸ ਸੁਣਨਾ ਕਰੋ। ਅਬ ਮਤ ਦੇਤ ਸਹਿਤ ਕਲਿਆਣ, ਗੁਰੂ ਪਾਤਸ਼ਾਹ ਦਾ ਇਤਿਹਾਸ ਸਾਨੂੰ ਚੰਗੀ ਅਕਲ ਦਿੰਦਾ ਹੈ। ਬਾਹਰ ਤੁਸੀਂ ਕਿਸੇ ਕੋਲੋਂ ਕੋਈ ਗੱਲ ਸਲਾਹ ਪੁੱਛੋਗੇ ਨਾ, ਤੁਹਾਡਾ ਇੱਕ ਮਾਂ ਬਾਪ ਹੈ ਜਿਹੜਾ ਤੁਹਾਨੂੰ ਚੰਗੀ ਸਲਾਹ ਦੇ ਸਕਦਾ, ਉਹਦੇ ਤੋਂ ਬਿਨਾਂ ਦੁਨੀਆਂ ਨੇ ਤੁਹਾਨੂੰ ਕਿਸੇ ਪਾਸੇ ਇਹੋ ਹੀ ਵੇਖਣਾ ਵੀ ਇਹਦਾ ਨੁਕਸਾਨ ਹੋਵੇ। ਮਾੜੀ ਸਲਾਹ ਹੀ ਦਿਓ ਜਿੱਧਰ ਨੂੰ ਇਹ ਜਾਵੇ, ਕੋਈ ਚੰਗੀ ਸਲਾਹ ਨਹੀਂ ਦੇਵੇਗਾ। ਗੁਰੂ ਦਾ ਇਤਿਹਾਸ ਤੁਹਾਨੂੰ ਕਦੇ ਮਾੜੀ ਸਲਾਹ ਨਹੀਂ ਦੇਵੇਗਾ। ਗੁਰੂ ਦੇ ਇਤਿਹਾਸ ਵਿੱਚੋਂ ਤੁਹਾਨੂੰ ਬੜੀ ਚੰਗੀ ਸਿੱਖਿਆ ਮਿਲੇਗੀ। ਫਲਾਣੇ ਸਿੱਖ ਨੇ ਆਹ ਕੰਮ ਕੀਤਾ, ਉਹਦਾ ਇਹ ਭਲਾ ਹੋਇਆ, ਅਸੀਂ ਵੀ ਆਹ ਕੰਮ ਕਰੀਏ, ਸਾਡਾ ਵੀ ਹੋਵੇਗਾ। ਗੁਰਬਾਣੀ ਤੁਹਾਨੂੰ ਚੰਗੀ ਸਿੱਖਿਆ, ਤਾਂ ਹੀ ਆਖਿਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ। ਇਹ ਗੁਰਬਾਣੀ ਸਾਡੇ ਮਾਤਾ ਪਿਤਾ ਨੇ, ਜਿਵੇਂ ਮਾਂ ਬਾਪ ਆਪਣੇ ਬੱਚਿਆਂ ਨੂੰ ਮਾੜੀ ਸਿੱਖਿਆ ਨਹੀਂ ਕਦੇ ਦਿੰਦੇ, ਚੰਗੀ ਦਿੰਦੇ। ਗੁਰਬਾਣੀ ਵੀ ਚੰਗੀ ਸਿੱਖਿਆ ਸਾਨੂੰ ਦਿਨੇ ਦਿੰਦੀ ਹੈ। ਕਥਾ ਸਰਵਣ ਕਰਦੇ ਹਾਂ, ਗੁਰੂ ਦਾ ਇਤਿਹਾਸ ਵੀ ਸਾਨੂੰ ਚੰਗੀ ਸਿੱਖਿਆ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਇਹਨੂੰ ਪੜ੍ਹਿਆ ਕਰੋ, ਸੁਣਿਆ ਕਰੋ ਭਾਈ ਪ੍ਰੇਮ ਦੇ ਨਾਲ। ਇਹ ਤੁਹਾਨੂੰ ਸ੍ਰੇਸ਼ਟ ਅਕਲ ਵੀ ਦੇਵੇਗੀ, ਨਾਲ ਨਾਲ ਤੁਹਾਡਾ ਕਲਿਆਣ ਹੋਵੇਗਾ, ਮੁਕਤੀ ਕਰੇਗੀ। ਐਸੀ ਇਹ ਸਤਿਗੁਰਾਂ ਦੀ ਬਾਣੀ ਹੈ। ਸੁੱਖ ਪ੍ਰਾਪਤ ਪਾਠਕ ਸਰੋਤਾਨ, ਜਿਹੜੇ ਜਿਹੜੇ ਇਸ ਬਾਣੀ ਨੂੰ ਪੜ੍ਹਨਗੇ ਨਾ ਉਹਨਾਂ ਨੂੰ ਸੁੱਖ ਮਿਲੇਗਾ। ਗੁਰਬਾਣੀ ਨੇ ਇਹ ਨਹੀਂ ਪੁੱਛਣਾ ਵੀ ਤੇਰੀ ਉਮਰ ਕਿੰਨੀ ਹੈ, ਗੁਰਬਾਣੀ ਨੇ ਇਹ ਨਹੀਂ ਪੁੱਛਣਾ ਵੀ ਤੂੰ ਪੜ੍ਹਿਆ ਕਿੰਨਾ ਹੈ, ਗੁਰਬਾਣੀ ਨੇ ਤੁਹਾਨੂੰ ਇਹ ਨਹੀਂ ਪੁੱਛਣਾ ਵੀ ਤੇਰੀ ਜਾਤ ਬਰਾਦਰੀ ਕੀ ਹੈ। ਜਿਹੜਾ ਜਿਹੜਾ ਪੜ੍ਹੇਗਾ, ਜਿਹੜਾ ਜਿਹੜਾ ਸੁਣੇਗਾ, ਇਹ ਗੁਰਬਾਣੀ ਉਹਨਾਂ ਨੂੰ ਕਲਿਆਣ ਦੇਵੇਗੀ। ਗੁਰਬਾਣੀ ਨੇ ਉਮਰਾਂ ਨਹੀਂ ਵੇਖਣੀ ਹੈ। ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ। 72 ਸਾਲ ਦੀ ਉਮਰਾਂ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੇ ਬਚਨ ਕਮਾ ਕੇ ਇੰਨੀ ਕਿਰਪਾ ਕੀਤੀ ਵੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ, ਏਡੀ ਕਿਰਪਾ ਦੇ ਆਪ ਮਾਲਕ ਬਣ ਗਏ। ਗੁਰਬਾਣੀ ਉਮਰਾਂ ਵੇਖ ਕੇ ਨਹੀਂ ਕਹਿੰਦੀ ਹੈ ਵੀ ਤੇਰੀ ਆਹ ਉਮਰਾਂ 'ਤੇ ਉਪਦੇਸ਼ ਮਿਲਣਾ। ਗੁਰਬਾਣੀ ਜਾਤ ਵੇਖ ਕੇ ਨਹੀਂ ਵੀ ਤੇਰੀ ਆਹ ਜਾਤ ਹੈ ਅਤੇ ਆਹ ਤੂੰ ਉਪਦੇਸ਼ ਲੈ ਲਾ। ਗੁਰਬਾਣੀ ਸਾਰਿਆਂ ਦਾ ਭਲਾ ਕਰਦੀ ਹੈ। ਮਹਾਰਾਜ ਬਚਨ ਕਰਦੇ ਪਏ ਕਹਿਣ ਲੱਗੇ ਬਾਣੀ ਪੜ੍ਹ ਕੇ ਸੁੱਖ ਪ੍ਰਾਪਤ ਹੁੰਦਾ ਹੈ, ਜਿਹੜੇ ਸ਼ਰੋਤੇ ਇਸ ਬਾਣੀ ਨੂੰ ਪੜ੍ਹਨਗੇ ਉਹਨਾਂ ਦਾ ਭਲਾ ਹੀ ਹੁੰਦਾ ਹੈ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਇਹ ਐਸੀ ਬਾਣੀ ਹੈ ਜਿਹੜੀ ਮੋਕਸ਼ ਨੂੰ ਦਿੰਦੀ ਹੈ, ਮੁਕਤੀ ਨੂੰ ਦਿੰਦੀ, ਕਿਰਪਾ ਕਰਦੀ ਹੈ। ਗੁਰੂ ਖਾਲਸਾ ਖਾਲਸਾ ਗੁਰੂ, ਮਹਾਰਾਜ ਨੇ ਬਚਨ ਆਖਿਆ ਕਹਿਣ ਲੱਗੇ ਗੁਰੂ ਖਾਲਸੇ ਦਾ ਰੂਪ ਹੈ ਅਤੇ ਖਾਲਸਾ ਗੁਰੂ ਦਾ ਰੂਪ ਹੈ। ਇਹ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਹੀ ਆਪ ਨੇ ਕਲਾ ਵਰਤਾ ਦਿੱਤੀ ਸੀ। ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਬਣ ਕੇ ਖਾਲਸੇ ਨੂੰ ਗੁਰੂ ਦੇ ਲੜ ਲਾਇਆ, ਮੁੜ ਕੇ ਪੰਜਾਂ ਕੋਲੋਂ ਅੰਮ੍ਰਿਤ ਛਕ ਕੇ ਖਾਲਸੇ ਨੂੰ ਗੁਰੂ ਬਣਾਇਆ ਅਤੇ ਆਪ ਖਾਲਸੇ ਦੇ ਸੇਵਕ ਬਣ ਗਏ। ਇਹ ਇਸ ਤਰ੍ਹਾਂ ਗੁਰੂ ਖਾਲਸਾ ਰੂਪ ਹੈ ਅਤੇ ਖਾਲਸਾ ਗੁਰੂ ਰੂਪ ਹੈ। ਇਹ ਦਾਤਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਪ ਨੇ ਬਖਸ਼ੀਆਂ। ਬਾਅਦ ਵਿੱਚ ਸ੍ਰੀ ਚਮਕੌਰ ਸਾਹਿਬ ਦੀ ਧਰਤੀ 'ਤੇ ਆਪ ਜੀ ਨੂੰ ਉਸ ਵੇਲੇ ਪੰਜਾਂ ਨੇ ਹੁਕਮ ਦੇ ਕੇ ਆਖਿਆ ਵੀ ਇਹ ਪੰਥ ਦਾ ਹੁਕਮ ਹੈ, ਪੰਥ ਗੁਰੂ ਹੈ ਅਤੇ ਮਹਾਰਾਜ ਪੰਥ ਗੁਰੂ ਦਾ ਹੁਕਮ ਮੰਨਦੇ ਪਏ। ਅੱਜ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਹੈ, ਉੱਥੇ ਵੀ ਪੰਜਾਂ ਸਿੰਘਾਂ ਨੂੰ ਇਹ ਮਹਾਰਾਜ ਨੇ ਸਨਮਾਨ ਬਖਸ਼ਿਆ। ਕਹਿਣ ਲੱਗੇ ਭਾਈ ਇਹ ਸਾਡਾ ਪੰਥ ਇਹ ਗੁਰੂ ਦਾ ਰੂਪ ਹੈ ਅਤੇ ਗੁਰੂ ਪੰਥ ਦਾ ਰੂਪ ਹੈ, ਫਰਕ ਕੋਈ ਨਹੀਂ ਹੈ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਬਾਣੀ ਗੁਰੂ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਸਰੂਪ ਹੈ ਅਤੇ ਗੁਰੂ ਨਾਨਕ ਜਿਹੜੇ ਨੇ ਉਹ ਗੁਰਬਾਣੀ ਦਾ ਸਰੂਪ ਨੇ। ਇਸੇ ਤਰ੍ਹਾਂ ਇਹ ਜਿਹੜਾ ਪੰਥ ਹੈ, ਪੰਥ ਵਿੱਚ ਮਹਾਰਾਜ ਵਿਚਰਦੇ ਪਏ ਨੇ, ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰੂਪ ਹੈ ਅਤੇ ਇਹ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਫਰਕ ਕੋਈ ਨਹੀਂ ਹੈ। ਕਹਿੰਦੇ ਭਾਈ ਅਸੀਂ ਆਪਣੇ ਖਾਲਸੇ ਦਾ ਹੀ ਰੂਪ ਹਾਂ।
ਆਪ ਤੇ ਹੋਏ ਐਸੀ ਵਿਧ ਸ਼ੁਰੂ। ਹੁਣ ਤੇ ਇਹੋ ਜੀ ਵਿਧੀ ਅੱਗੇ ਬਣ ਗਈ ਹੈ, ਇਹੋ ਜੀ ਮਰਿਆਦਾ ਅਸੀਂ ਕਾਇਮ ਕਰ ਦਿੱਤੀ ਹੈ ਵੀ ਅਸੀਂ ਖਾਲਸੇ ਦੇ ਵਿੱਚ ਹੀ ਵਿਚਰਾਂ ਕਰਾਂਗੇ, ਖਾਲਸੇ ਦੇ ਹੁਕਮ ਦੇ ਵਿੱਚ ਹੀ ਸਭ ਕੁਝ ਹੋਇਆ ਕਰੇਗਾ। ਜਿੱਥੇ ਪੰਜ ਸਿੰਘ ਗੁਰੂ ਦੇ ਅੱਗੇ ਅਰਦਾਸ ਕਰ ਦੇਣਗੇ, ਬਚਨ ਕਰ ਦੇਣਗੇ, ਉਹ ਬਚਨ ਪੂਰੇ ਹੋਇਆ ਕਰਨਗੇ। ਅਤੇ ਗੁਰਮੁਖੋ ਇਤਿਹਾਸ ਦੇ ਵਿੱਚ ਇੱਕ ਸਾਖੀ ਆਉਂਦੀ ਹੈ ਵੀ ਭਾਈ ਮਨੀ ਸਿੰਘ ਜੀਆਂ ਨੂੰ ਪੰਜਾਂ ਸਿੰਘਾਂ ਨੇ, ਪੰਥ ਨੇ ਇਕੱਠੇ ਹੋ ਕੇ ਆਖਿਆ, ਮਨੀ ਸਿੰਘ ਤੁਹਾਡਾ ਬੰਦ ਬੰਦ ਜੁਦਾ ਹੋਵੇ। ਦੀਵਾਲੀ ਦਾ ਇਤਿਹਾਸ ਹੈ, ਦੀਵਾਲੀ ਨੂੰ ਇਤਿਹਾਸ ਆਪਾਂ ਸਰਵਣ ਕਰਦੇ, ਉਦੋਂ ਬਚਨ ਹੋਇਆ। ਭਾਈ ਮਨੀ ਸਿੰਘ ਜੀਆਂ ਨੇ ਬੜੀ ਪੰਥ ਦੀ ਸੇਵਾ ਕੀਤੀ ਅਤੇ ਪੰਥ ਨੇ ਸਾਰੇ ਬਚਨ ਵਾਪਸ ਲੈ ਲਏ। ਅਤੇ ਭਾਈ ਮਨੀ ਸਿੰਘ ਨੇ ਆਖਿਆ ਸੀ ਸਾਰੇ ਬਚਨ ਵਾਪਸ ਲਓ, ਪਰ ਆਹ ਬਚਨ ਮੇਰੇ ਕੋਲ ਰਹਿਣ ਦਿਓ ਵੀ ਬੰਦ ਬੰਦ ਕੱਟਿਆ ਜਾਵੇ। ਅਤੇ ਪੰਥ ਨੇ ਪੁੱਛਿਆ ਵੀ ਕਿਉਂ? ਕਹਿੰਦੇ ਬਸ ਇਹ ਪਤਾ ਲੱਗ ਜਾਵੇ ਦੁਨਿਆਵੀ ਸੰਸਾਰੀ ਲੋਕਾਂ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਵੀ ਪੰਥ ਵਿੱਚ ਹੀ ਬੈਠੇ ਹੋਏ ਨੇ, ਪੰਥ ਦਾ ਬਚਨ ਅੱਜ ਵੀ ਪੂਰਾ ਹੁੰਦਾ ਪਿਆ। ਜੇ ਪੰਥ ਨੇ ਆਖਿਆ ਬੰਦ ਬੰਦ ਕੱਟੇ ਜਾਣ, ਤਾਂ ਮੇਰੇ ਕੱਟੇ ਜਾਣੇ ਚਾਹੀਦੇ ਤਾਂ ਕਿ ਪਤਾ ਲੱਗੇ। ਇਹ ਸਾਖੀ ਇਹ ਗੱਲ ਦੇ ਉੱਪਰ ਸਹੀ ਲਾਉਂਦੀ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਥ ਵਿੱਚ ਵਿਚਰਦੇ ਨੇ, ਪੰਥ ਦਾ ਹੁਕਮ ਅੱਜ ਵੀ ਪੂਰਾ ਹੁੰਦਾ, ਉਦੋਂ ਵੀ ਪੂਰਾ ਹੁੰਦਾ ਅਤੇ ਹੁੰਦਾ ਹੀ ਰਹੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਹੋਰ ਕਿਹੜੀ ਕਿਹੜੀ ਕਿਰਪਾ ਕਰਦੇ ਸਾਡੇ ਉੱਪਰ ਉਪਦੇਸ਼ ਦਿੰਦੇ ਆ, ਕੱਲ੍ਹ ਨੂੰ ਫਿਰ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲਿਖ ਬਖਸ਼ਣ ਹਾਰ ਬਖਸ਼ ਲੈ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ।